ਨਵਜੋਤ ਸਿੰਘ ਸਿੱਧੂ ਜਿਹੜੇ ਇਸ ਕਾਰਿਡੋਰ ਦੇ ਵਿੱਚ ਇੱਕ ਕੜੀ ਬਣੇ ਨੇ ਉਹਨਾਂ ਨੂੰ ਲੈ ਕੇ ਬਹੁਤ ਸਾਰੀ ਬਿਆਨਵਾਜੀ ਲਗਾਤਾਰ ਆ ਰਹੀ ਹੈ ਜਿਸ ਤਰ੍ਹਾਂ ਇਹ ਕਰਤਾਰਪੁਰ ਕਾਰਿਡੋਰ ਖੁੱਲਿਆ ਤੇ ਇਸ ਸਿਲਸਲੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਆਖਿਆ ਕਿ ਜਿਹੜੀ ਇੱਕ ਜੱਫੀ ਹੈ ਉਸਨੇ ਕਾਰਿਡੋਰ ਖੋਲਣ ਦੀ ਗੱਲ ਕੀਤੀ ਹੈ ਕਿਉਂਕਿ ਇਸ ਜੱਫੀ ਨੂੰ ਬਹੁਤ ਵਿਵਾਦ ਬਣਾਇਆ ਗਿਆ ਸੀ ਆਪੋਜੀਸ਼ਨ ਪਾਰਟੀਆਂ ਵੱਲੋਂ ਅਕਾਲੀਆਂ ਕਾਂਗਰਸੀਆਂ ਭਾਜਪਾ ਤੋਂ ਵੱਲੋਂ ਨਵਜੋਤ ਸਿੰਘ ਸਿੱਧੂ ਨੇ ਆਖਿਆ ਕਿ ਇਸ ਤਰ੍ਹਾਂ ਦੀਆਂ ਜੱਫੀਆਂ ਹਜ਼ਾਰਾਂ ਪੈਣੀਆਂ ਚਾਹੀਦੀਆਂ ਨੇ ਨਫਰਤਾਂ ਸਾਨੂੰ ਛੱਡਣੀਆਂ ਚਾਹੀਦੀਆਂ ਨੇ ਬਾਰਡਰ ਤੇ ਵਪਾਰ ਕਾਰੋਬਾਰ ਹੈ ਜਿਹੜਾ ਪਿਆਰ ਹੈ ਵਧਣਾ ਚਾਹੀਦਾ ਸਤਕਾਰ ਹੈ ਵਧਣਾ ਚਾਹੀਦਾ ਹਰਿਆਣਾ ਤੋਂ ਕੈਬਨਿਟ ਮਨਿਸਟਰ ਅਨੈਲ ਵਿਜ ਹੋਰਾਂ ਨੇ ਸਿੱਧੂ ਦੇ ਖਿਲਾਫ ਬਹੁਤ ਜ਼ਹਿਰ ਉਗ ਲੈ ਕੇ ਇਹ ਇਹ ਸਾਡੇ ਦੁਸ਼ਮਣਾਂ ਦੀ ਤਾਰੀਫ਼ ਕਰਦਾ ਹੈ ਇਸ ਬਾਰੇ ਕਾਂਗਰਸ ਨੂੰ ਵਾਪਸੀ ਮੰਗਣੀ ਚਾਹੀਦੀ ਹੈ ਪਰ ਨਵਜੂ ਸਿੱਧੂ ਨੂੰ ਨਾ ਕਾਂਗਰਸ ਚੱਲਦੀ ਹੈ ਭਾਜਪਾ ਤੇ ਇਕਲਿਆਂ ਨੇ ਤੇ ਚਲਣਾ ਕੀ ਹੈ ਉਹਨਾਂ ਦੀ ਆਪਣੀਆਂ ਪਾਰਟੀਆਂ ਦੇ ਵਿੱਚ ਖਿੱਚੋਤਾਣਾ ਹੈ ਉਧਰ ਲੋਰ ਦੇ ਰਾਹੀਂ ਜੋ ਲੋਕ 18 20 ਲੱਖ ਲੋਕ ਸਾਲਾਨਾ ਉਧਰ ਜਾਣਗੇ ਕਿਤੇ ਨਾ ਕਿਤੇ ਜਿਹੜੇ ਗਰਮਖਿਆਲੀ ਸਿੱਖ ਤੇ ਰਣ ਉਹ ਇਹਨਾਂ ਭਾਰਤੀਆਂ ਨੂੰ ਉਕਸਾਉਣਗੇ ਤਖਵੀਰ ਬਾਬਲ ਜੀ ਕਹਿੰਦੇ ਸੀ ਸਫਤਾ ਕਰਦੇ ਸੀ ਪਾਕਿਸਤਾਨ ਦੀਆਂ ਵੀ ਉਹਨਾਂ ਨੇ ਦਸਾਂ ਮਹੀਨਿਆਂ ਦੇ ਵਿੱਚ ਬਹੁਤ ਵਧੀਆ ਬ੍ਰਿਜ ਬਣਾਤੇ ਉਧਰ ਸੋਨਾ ਬਹੁਤ ਬਣਾਇਆ ਜੋ ਸਿਸਟਮ ਸਗਾ ਵੀ ਉਹ ਵਰਕਰਾਂ ਨੇ ਬਹੁਤ ਸੋਹਣਾ ਕੰਮ ਕੀਤਾ ਦਸਾਂ ਮਹੀਨਿਆਂ ਦੇ ਵਿੱਚ ਵੀ ਮੈਂ ਪਾਕਿਸਤਾਨੀਆਂ ਨੂੰ ਸ਼ਾਬਾਸ਼ ਦਿੰਨਾ ਇਹ ਲਵਜ ਸੁਖਵੀਰ ਬਾਦਲ ਦੇ ਆ ਮੈਂ ਸੁਖਵੀਰ ਬਾਦਲ ਨੂੰ ਇਹ ਪੁੱਛਦਾ ਵੀ ਤੁਹਾਡੇ ਪਾਪਾ ਜੀ ਪੰਜ ਵਾਰ ਮੁੱਖ ਮੰਤਰੀ ਰਹੇ ਹਾਲ ਤੱਕ ਪੰਜਾਬ ਦੀਆਂ ਨਲਕੀ ਨਾਲੀਆਂ ਗਲੀਆਂ ਹੀ ਨਹੀਂ ਪੱਕੀਆਂ ਕਰ ਪਕੇ ਹੁਣ ਭਾਰਤੀ মিডিਆ ਬਹੁਤ ਹਾਇਦਵਾ ਮਚਾ ਰਿਹਾ ਕਿ ਪਾਕਿਸਤਾਨ ਭੁੱਖਾ ਮਰ ਰਿਹਾ ਟਮਾਟਰ ਹੈ ਜਿਹੜੇ ਉਹ 300 ਰੁਪਏ ਕਿਲੋ ਹੋ ਗਏ ਨੇ ਲਸਣ ਆ 260 ਰੁਪਏ ਹੋ ਗਏ ਜੇ ਕਰੰਸੀ ਰੇਟ ਨਾਲ ਵੇਖੋ ਠੀਕ ਹੈ ਚੀਜ਼ਾਂ ਮਹਿੰਗਾਈ ਹੋਈ ਹੈ ਪਰ ਲਸਣ ਸਾਡੇ ਵੀ 200 ਰੁਪਏ ਕਿਲੋ ਭਾਈ ਰੇਟ ਪੁੱਛ ਕੇ ਵੇਖੋ ਗੰਡੇ ਸਾਡੇ ਵੀ 80 ਰੁਪਏ ਕਿਲੋ ਤੁਰੇ ਫਿਰਦੇ ਆ ਉਧਰ 260 ਹੈ ਤੇ ਸਾਡੇ ਬਰਾਬਰ ਹੀ ਬਣਦਾ ਉਹਨਾਂ ਦਾ ਕਰੰਸੀ ਰੇਟ ਡਾਊਨ ਹੈ ਯਕੀਨ ਜਾਣਿਓ ਤੁਸੀਂ ਉਸ ਫੁਟੇਜ ਨੂੰ ਵੇਖੋ ਐਨੇ ਲਾਲ ਗਲਾਲ ਟਮਾਟਰਾਂ ਵਰਗੇ ਜਵਾਕ ਨਹੀਂ ਮਾਫ ਕਰਨਾ ਸਾਡੀਆਂ ਤੇ ਬਾਲੀਵੁੱਡ ਦੀਆਂ ਬੀਬੀਆਂ ਦੇ ਮੂੰਹਾਂ ਤੇ ਗੱਲਾਂ ਤੇ ਉਹੀ ਜੀ ਰੌਣਕ ਨਹੀਂ ਜਿਹੋ ਜੀ ਉਹਨਾਂ ਦੇ ਭੁੱਖੇ ਕਹੇ ਜਾਂਦੇ ਜਵਾਕਾਂ ਦੇ ਰੌਣਕ ਹੈ ਆਨ ਪਾਨੇ ਲਾਲ ਸਿਓ ਵਰਗੇ ਹੈਲੋ ਗਲੋਬਲ ਪੰਜਾਬ ਪ੍ਰੋਗਰਾਮ ਦੇ ਦਾਣਿਸ਼ਵਾਨ ਦਰਸ਼ਕਾਂ ਦਾ ਇਸ ਪ੍ਰੋਗਰਾਮ ਦੇ ਵਿੱਚ ਪਰਮਿੰਦਰ ਸਿੰਘ ਤੇ ਉਹਨਾਂ ਵੱਲੋਂ ਸਵਾਗਤ ਸਤਿ ਸ੍ਰੀ ਅਕਾਲ ਸਲਾਮ ਨਮਸਕਾਰ ਅਦਾਬ ਗਲੋਬਲ ਪੰਜਾਬ ਟੈਲੀਵਿਜ਼ਨ ਦੇ ਪ੍ਰੋਗਰਾਮ ਦੇਖਣ ਦੇ ਵਾਸਤੇ ਤੁਸੀਂ ਗਲੋਬਲ ਪੰਜਾਬ ਦੀ ਐਪ ਜਰੂਰ ਡਾਊਨਲੋਡ ਕਰੋ Android ਰੋਕਾ ਤੇ ਤੁਹਾਨੂੰ ਫ੍ਰੀ ਮਿਲੇਗੀ ਆਪ ਵੀ ਦੇਖੋ ਤੇ ਹੋਰਾਂ ਨੂੰ ਵੀ ਇਸ Android ਜਾਂ ਰੋਕੋ ਦੀ ਐਪ ਬਾਰੇ ਦੱਸੋ ਤੇ ਇਸ ਦੇ ਨਾਲ ਨਾਲ ਚੈਨਲ ਪੰਜਾਬੀ ਨੂੰ ਜੇ ਤੁਸੀਂ ਕੈਨੇਡਾ ਦੇ ਵਿੱਚ ਟੈਲੀਵਿਜ਼ਨ ਸੈੱਟ ਤੇ ਵੇਖਣਾ ਤਾਂ ਉਸ ਦੇ ਵਾਸਤੇ ਜਿਹੜੇ ਕੇਵਲ ਨੈਟਵਰਕ ਕੈਨੇਡਾ ਦੇ ਵਿੱਚ ਚੱਲਦੇ ਨੇ ਚਾਰੋਂ ਕੇਵਲ ਨੈਟਵਰਕ ਨੇ ਰੌਜ਼ਰ ਬੈਲ ਸ਼ਾਹ ਤੇ ਟੈਲਸ ਤੇ ਜਾ ਕੇ ਤੁਸੀਂ ਇਹ ਪ੍ਰੋਗਰਾਮ ਨੂੰ ਵੇਖ ਸਕਦੇ ਹੋ ਇਸ ਹੈਲੋ ਗਲੋਬਲ ਪੰਜਾਬ ਦਾ ਜਾਂ ਹੋਰ ਸਾਡੇ ਪ੍ਰੋਗਰਾਮਾਂ ਦਾ ਰਿਪੀਟ ਵੇਖਣਾ ਹੋਵੇ ਤਾਂ ਤੁਸੀਂ ਚੈਨਲ ਪੰਜਾਬੀ ਟੀਵੀ ਹੈ ਜਿਹੜਾ ਸਾਡਾ ਕੈਨੇਡਾ ਵਾਲਾ ਉਸ ਦੇ ਨਾਂ ਤੇ YouTube ਪੇਜ ਬਣਿਆ ਹੋਇਆ YouTube ਤੇ ਜਾ ਕੇ ਇਸ ਪ੍ਰੋਗਰਾਮ ਨੂੰ ਵੇਖਿਆ ਜਾ ਸਕਦਾ ਹੈ ਆ ਵੀ ਵੇਖੋ ਤੇ ਦੂਸਰਿਆਂ ਨੂੰ ਵੀ ਸ਼ੇਅਰ ਕਰੋ ਜੇ ਤੁਹਾਨੂੰ ਅੱਛਾ ਲੱਗਦਾ ਹੈ ਐਪਸ ਸਾਡੀਆਂ ਜਰੂਰ ਡਾਊਨਲੋਡ ਕਰੋ ਹੋਰਾਂ ਨੂੰ ਵੀ ਇਸ ਦੇ ਬਾਰੇ ਦੱਸੋ ਇਸ ਤੇ ਲਈ ਵੀ ਅਸੀਂ ਤੁਹਾਡੇ ਬਹੁਤ ਸ਼ੁਕਰਗੁਜ਼ਾਰ ਹੋਵਾਂਗੇ ਤੇ ਇਸ ਦੇ ਨਾਲ ਨਾਲ ਇਹ ਪ੍ਰੋਗਰਾਮ ਦੀ ਰੂਪਰੇਖਾ ਮੈਂ ਦੱਸਦਾ ਕਿ ਭਾਰਤੀ ਸਮੇਂ ਮੁਤਾਬਕ ਸਵੇਰੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਇਹ ਪ੍ਰੋਗਰਾਮ ਮੰਗਲਵਾਰ ਤੋਂ ਸ਼ਨੀਵਾਰ ਲਗਾਤਾਰ 5 ਦਿਨ ਪੇਸ਼ ਕੀਤਾ ਜਾਂਦਾ ਹੈ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਮੁੱਦਿਆਂ ਤੇ ਵਿਚਾਰ ਚਰਚਾ ਹੁੰਦੀ ਹੈ ਅੱਜ ਦਾ ਜਿਹੜਾ ਆਪਣਾ ਮੁੱਦਾ ਗੱਲਬਾਤ ਦਾ ਉਹ ਹੈ ਕਿ ਜਿਸ ਤਰ੍ਹਾਂ ਸ੍ਰੀ ਗੁਰੂ ਨਾਨਕ ਸਾਹਿਬ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਬੜੇ ਜੋਹ ਜਲਾਲ ਉਤਸ਼ਾਹ ਦੇ ਨਾਲ ਸੰਗਤਾਂ ਦੇਸ਼ ਵਿਦੇਸ਼ ਦੇ ਵਿੱਚ ਇਸ ਦਿਹਾੜੇ ਨੂੰ ਅੱਜ ਮਨਾ ਰਹੀਆਂ ਨੇ ਪੰਜਾਬ ਦੇ ਹਰ ਗੁਰੂ ਘਰ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਨਗਰ ਕੀਰਤਨ ਨਿਕਲ ਰਹੇ ਨੇ ਗੁਰਨਾਨਕ ਦੇ ਫਲਸਫੇ ਦੇ ਮੁਤਾਬਕ ਕੀ 550 ਸਾਲ ਦੇ ਵਿੱਚ ਅਸੀਂ ਉਹਨਾਂ ਦੇ ਫਲਸਫੇ ਦੇ ਮੁਤਾਬਕ ਕੀ ਸਿੱਖਿਆ ਜਿਹੜੀਆਂ ਬੁਰਾਈਆਂ ਉਹਨਾਂ ਨੇ ਛੱਡਣ ਨੂੰ ਆਖਿਆ ਸੀ ਅਸੀਂ ਉਹਨਾਂ ਚੋਂ ਕਿੰਨੀਆਂ ਇੱਕ ਨੂੰ ਛੱਡ ਚੁੱਕੇ ਹਾਂ ਜਾਂ ਕਿੰਨੀਆਂ ਇੱਕ ਬੁਰਾਈਆਂ ਅਸੀਂ ਹੋਰ ਸ਼ਾਮਲ ਕਰ ਲਈਆਂ ਨੇ ਇਸ ਬਾਰੇ ਤੁਹਾਡੇ ਵਿਚਾਰ ਜਾਣਾਂਗੇ ਪਰ ਜਿਸ ਤਰ੍ਹਾਂ ਇਹ ਇੱਕ ਇਤਿਹਾਸਕ ਕਦਮ ਇਹ 550 ਸਾਲਾ ਸਮਾਗਮਾਂ ਦੇ ਮੌਕੇ ਹੋਇਆ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਇੱਕ ਵੱਡਾ ਸਮਝੌਤਾ ਹੋਇਆ ਜਿਸ ਤਰ੍ਹਾਂ ਪਹਿਲਾਂ ਚਾਰ ਵੱਡੇ ਸਮਝੌਤੇ ਭਾਰਤ ਪਾਕਿਸਤਾਨ ਦੇ ਦਰਮਿਆਨ ਹੋਏ ਨੇ ਹਾਲਾਂਕਿ ਦੋਨਾਂ ਦੇਸ਼ਾਂ ਦੀਆਂ ਸਰਕਾਰਾਂ ਦੇ ਵਿੱਚ ਜਾਂ ਜਿਹੜੀ ਕੜਵਾਹਟ ਬਾਰਡਰ ਤੇ ਹੈ ਉਸ ਤੇ ਮਤੇ ਨਜ਼ਰ ਇਹ ਇੱਕ ਵੱਡਾ ਕਦਮ ਹੈ ਜਿਸ ਦਾ ਕ੍ਰੈਡਿਟ ਇਮਰਾਨ ਖਾਨ ਨੂੰ ਵੀ ਜਾਂਦਾ ਤੇ ਭਾਰਤੀ ਸਰਕਾਰ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਵੀ ਜਾਂਦਾ ਹੈ ਇਸ ਰਾਨ ਨਵਜੋਤ ਸਿੰਘ ਸਿੱਧੂ ਜਿਹੜੇ ਇਸ ਕੋਰੀਡੋਰ ਦੇ ਵਿੱਚ ਇੱਕ ਕੜੀ ਬਣੇ ਨੇ ਉਹਨਾਂ ਨੂੰ ਲੈ ਕੇ ਬਹੁਤ ਸਾਰੀ ਬਿਆਨਵਾਜੀ ਲਗਾਤਾਰ ਆ ਰਹੀ ਹੈ ਜਿਸ ਤਰ੍ਹਾਂ ਇਹ ਕਰਤਾਰਪੁਰ ਕੋਰੀਡੋਰ ਖੁੱਲਿਆ ਹੈ ਤੇ ਇਸ ਸਿਲਸਿਲੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਆਖਿਆ ਕਿ ਜਿਹੜੀ ਇੱਕ ਜੱਫੀ ਹੈ ਉਸਨੇ ਕੋਰੀਡੋਰ ਖੋਲਣ ਦੀ ਗੱਲ ਕੀਤੀ ਹੈ ਕਿਉਂਕਿ ਇਸ ਜੱਫੀ ਨੂੰ ਬਹੁਤ ਵਿਵਾਦ ਬਣਾਇਆ ਗਿਆ ਸੀ اپੋਜੀਸ਼ਨ ਪਾਰਟੀਆਂ ਵੱਲੋਂ ਅਕਾਲੀਆਂ ਕਾਂਗਰਸੀਆਂ ਭਾਜਪਾਆਂ ਵੱਲੋਂ ਨਵਜੋਤ ਸਿੰਘ ਸਿੱਧੂ ਨੇ ਆਖਿਆ ਕਿ ਇਸ ਤਰ੍ਹਾਂ ਦੀਆਂ ਜੱਫੀਆਂ ਹਜ਼ਾਰਾਂ ਪੈਣੀਆਂ ਚਾਹੀਦੀਆਂ ਨੇ ਨਫ਼ਰਤਾਂ ਸਾਨੂੰ ਛੱਡਣੀਆਂ ਚਾਹੀਦੀਆਂ ਨੇ ਬਾਰਡਰ ਤੇ ਵਪਾਰ ਕਾਰੋਬਾਰ ਹੈ ਜਿਹੜਾ ਪਿਆਰ ਹੈ ਵਧਣਾ ਚਾਹੀਦਾ ਸਤਕਾਰ ਹੈ ਵਧਣਾ ਚਾਹੀਦਾ ਇਹ ਸਾੜਾ ਘਟਣਾ ਚਾਹੀਦਾ ਪਰ ਨਵਜੋਤ ਸਿੰਘ ਸਿੱਧੂ ਦੇ ਏਸੇ ਬਿਆਨ ਨੂੰ ਲੈ ਕੇ ਜਿਸ ਤਰ੍ਹਾਂ ਸੰਬਤ ਪਾਤਰਾ ਹੋ ਰਹੇ ਨੇ ਜਾ ਖਾਸ ਕਰਕੇ ਕੱਲ ਹਰਿਆਣਾ ਤੋਂ ਕੈਬਨਿਟ ਮਨਿਸਟਰ ਅਨੈਲ ਵਿਜ ਹੋਰਾਂ ਨੇ ਸਿੱਧੂ ਦੇ ਖਿਲਾਫ ਬਹੁਤ ਜ਼ਹਿਰ ਉਗਲਿਆ ਕਿ ਇਹ ਇਹ ਸਾਡੇ ਦੁਸ਼ਮਣਾਂ ਦੀ ਤਾਰੀਫ ਕਰਦਾ ਹੈ ਇਸ ਬਾਰੇ ਕਾਂਗਰਸ ਨੂੰ ਮਾਫੀ ਮੰਗਣੀ ਚਾਹੀਦੀ ਹੈ ਹਾਲਾਂਕਿ ਇਸੇ ਦੌਰਾਨ ਖਬਰਾਂ ਆਸਟ੍ਰੇਲੀਆ ਤੋਂ ਵੀ ਆ ਰਹੀਆਂ ਨੇ ਆਸਟ੍ਰੇਲੀਆ ਦੇ ਇੱਕ ਸੰਗਤ ਵੱਲੋਂ ਨਵਜੋਤ ਸਿੰਘ ਸਿੱਧੂ ਵੱਲੋਂ ਐਨ ਆਰ ਆਈ ਸੰਗਤ ਵੱਲੋਂ ਆਸਟ੍ਰੇਲੀਆ ਵੱਲੋਂ ਨਵਜੋਤ ਸਿੰਘ ਨੂੰ ਫਖਰੇ ਕੌਮ ਅਵਾਰਡ ਦੇਣ ਦੀ ਗੱਲ ਕਹੀ ਗਈ ਹੈ ਕੀ ਇਹ ਇਹ ਸਾਰੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੂਸਰਾ ਗੁਰਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਦੀ ਆਪ ਨੂੰ ਬਹੁਤ-ਬਹੁਤ ਵਧਾਈਆਂ ਹੁਣ ਹਾਲਾਂਕਿ ਬਹੁਤ ਸਾਰੇ ਵਿਵਾਦ ਨੇ ਕਿ ਉਹਨਾਂ ਦਾ ਜਨਮ ਕੱਤਕ ਚੋਇਆ ਜਾਂ ਵਿਸਾਖ ਚੋਇਆ ਕਰਮ ਸਿੰਘ ਹਿਸਟੋਰੀਅਨ ਨੇ ਜਾਂ ਹੋਰ ਇਤਿਹਾਸਕਾਰਾਂ ਨੇ ਬਹੁਤ ਕੁਝ ਲਿਖਿਆ ਇਸ ਦੇ ਨਾਲ ਨਾਲ ਓਵਰਆਲ ਕੁੱਲ ਮਿਲਾ ਕੇ ਜਿਹੜਾ ਹੈਗਾ ਅਸੀਂ ਕੀ ਖਟਿਆ ਗੁਰਨਾਨਕ ਸਾਹਿਬ ਦੇ ਫਲਸਫੇ ਤੋਂ ਮੈਸਮ ਦਾ ਬਹੁਤ ਵੱਡੀ ਦੇਣ ਹੈ ਹਾਲਾਂਕਿ ਕੁਝ ਚੀਜ਼ਾਂ ਅਜੇ ਵੀ ਅਸੀਂ ਜੜੀਆਂ ਛੱਡ ਨਹੀਂ ਸਕੇ ਪਰ ਫਿਰ ਵੀ ਇਹ ਖੇਤਾ ਵੈਸੇ ਪਹਿਲਾਂ ਤੋਂ ਹੀ ਬੜਾ ਜਰਖੇਸ਼ ਸੀ ਸਕੰਦਰ ਆਜ਼ਮ ਤੇ ਰਾਜਾ ਪੋਰਸ ਨੇ ਲੜਾਈਆਂ ਦਾ ਜੋ ਇਤਿਹਾਸ ਵੇਖਦੇ ਆ ਕਿ ਇੱਥੇ ਜਿਹੜੇ ਸ਼ੁਰੂ ਤੋਂ ਹੀ ਜਿਹੜੇ ਜ਼ੁਰਤ ਵਾਲੇ ਲੋਕ ਜ਼ਮੀਰਾਂ ਵਾਲੇ ਲੋਕ ਇੱਥੇ ਵਸਦੇ ਰਹੇ ਨੇ ਕੋਈ ਵੀ ਹਮਲਾਵਰ ਆਇਆ ਤਾਂ ਪੰਜਾਬ ਦੇ ਇਸ ਖੇਤੇ ਦੇ ਲੋਕਾਂ ਨੇ ਉਸ ਦਾ ਡਟਮਾ ਵਿਰੋਧ ਕੀਤਾ ਸਾਢੇ 500 ਸਾਲ ਪਹਿਲਾਂ ਜਦੋਂ ਸਿੱਖ ਫਲਸਫੇ ਦਾ ਆਗਮਨ ਹੋਇਆ ਤਾਂ ਉਦੋਂ ਬਾਬਰ ਜੋ ਜਾਵਰ ਬਣ ਕੇ ਆਇਆ ਸੀ ਉਸ ਨੂੰ ਵੀ ਬਾਬੇ ਕਿਆਂ ਨੇ ਵੰਗਾਰ ਦਿੱਤੀ ਸੀ ਪਾਪ ਕੀ ਜਾਂਚ ਲੈ ਕਾਬਲਤਾ ਆਇਆ ਜੋਰੀ ਮੰਗੇ ਦਾਨ ਵੇ ਲਾ ਲੋ ਇਹ ਵਾਕ ਉਚਾਰੇ ਸਨ ਸੋ ਉਸ ਦੌਰਾਨ ਵੀ ਜਿਹੜੇ ਇਹ ਇਨਕਲਾਬੀ ਜ਼ੁਰਤ ਹੈ ਜਿਸ ਤਰ੍ਹਾਂ ਆਲਾਮ ਅਕਵਾਲ ਸਾਹਿਬ ਨੇ ਲਿਖਿਆ ਕਿ ਫਿਰ ਉઠી ਆਖਿਰ ਸਦਾ ਤੌਹੀਦ ਕੀ ਪੰਜਾਬ ਸੇ ਇੱਕ ਮਰਦ ਕਾਮਲ ਨੇ ਜਗਾਇਆ ਹਿੰਦ ਕੋ ਖੁਆਬ ਸੇ ਭਾਰਤ ਜਿਹੜਾ ਸੁੱਤਾ ਸੀ ਨਤਾਨਾ ਸੀ ਲਟਾੜਿਆ ਹੋਇਆ ਸੀ ਉਸ ਦੇ ਵਿੱਚ ਇੱਕ ਜ਼ੁਰਤ ਪੈਦਾ ਕੀਤੀ ਗੁਰੂ ਨਾਨਕ ਸਾਹਿਬ ਦੀ ਆਵਾਜ਼ ਨੇ ਉਸ ਤੋਂ ਬਾਅਦ ਜੰਗ ਆਜ਼ਾਦੀ ਦਾ ਇਤਿਹਾਸ ਆਇਆ ਹੋਰ ਹਮਲਾਵਰ ਆਉਂਦੇ ਰਹਤਾ ਇਸ ਖਿੱਤੇ ਦੇ ਲੋਕ ਖਾਸ ਕਰਕੇ ਸਿੱਖ ਲੋਕ ਸੀ ਜਿਹੜੇ ਉਸ ਫਲਸਫੇ ਦੇ ਧਾਰਨੀ ਉਹਨਾਂ ਦਾ ਮੂੰਹ ਮੋੜਦੇ ਰਹੇ ਇਹ ਜ਼ੁਰਤ ਹੈ ਜਿਹੜੀ ਸਿੱਖ ਫਲਸਫੇ ਦੇ ਵਿੱਚੋਂ ਪੈਦਾ ਹੋਈ ਹੈ ਆ ਸਵਾਗਤ ਹੈ ਆਪ ਜੀ ਦਾ ਫੋਨ ਨੰਬਰ ਨੇ 0175 5156 ਪਟਾਲਾ ਸਟੂਡੀਓ ਦਾ ਨੰਬਰ ਹੈ 201 32785 ਅਮਰੀਕਾ ਦਾ ਨੰਬਰ ਹੈ ਤੁਸੀਂ ਹੋਨਰ ਹੋ ਸਰ ਸਾਸੀ ਕਾਪੋਲੋ ਸਾਹਿਬ ਅਰੇ ਜੀ ਅੱਜ ਅੱਜ ਤਾਂ ਮੈਂ ਸੋਰ ਮੈਂ ਬੰਦੇ ਹੁੰਦੇ ਨਾ ਮਹਾਰਾਜਾ ਸਿਆਸਤਾਰ ਮੁਜਾਹਿਦ ਹਿੰਦੂ ਤੇ মিডিਆ ਜਿ ਤੁਸੀਂ ਚਰਚਾ ਚ ਗੰਗਾ ਮਾਹੌਲ ਸੇ ਇਹ ਕੌਮ ਦੇ ਇਹ ਬੰਦੇ ਖਲੀ ਖਲੀ ਪਹਿਰਾ ਹੁੰਦੇ ਨੇ ਤੇ ਇਹਨਾਂ ਦੇ ਇੱਕ ਮਤਲਬ ਪਾਵਰਫੁਲ ਹੁੰਦੇ ਨੇ ਹਮੇਸ਼ਾ ਉਹਦੀ ਉਹਦੀ ਖਾਲਸਤ ਕਰਦੇ ਨੇ ਜੀ ਉਹਨਾਂ ਪਤਾ ਬੀਜਪੀ ਤੋਂ ਵੀ ਤਗੜਾ ਕਾਂਗਰਸ ਤੋਂ ਵੀ ਤਗੜਾ ਹੈ ਕਿਉਂਕਿ ਉਹਨਾਂ ਦਾ ਲੋਕਪਿਆਰ ਕਰਦੇ ਨੇ ਉਹਨਾਂ ਤਰਫੇ ਰਹਿਣਾ ਹੈ ਜਦੋਂ ਅਗਲੀ ਮੇਰੋਂ ਦੇ ਜੇਬਾ ਚਾਹੇ ਹਾਰਪ ਤੇ ਜਿਹੜਾ ਸੱਚ ਬੋਲਦਾ ਮੇਰ ਕਹਿੰਦਾ ਹੂੰ ਤੇ ਇਹ ਸਮਝੋ ਤੇ ਅਜਿਹਾ ਕਿ ਗੈਰ ਦੀ ਅਨੇਕ ਬਾਕ ਆਪਾਂ ਕਹਾ ਕਿ ਆਪਾਂ ਇਰਮਾਲ ਕਾ ਜਦ ਆਪਾਂ ਬੋਲਦਾ ਜਿੰਦੇ ਹੀ ਤੱਕਦੇ ਜੀ ਸੁਲਮਾਨ ਬੰਦਾ ਉਹ ਇੱਕ ਖਜਾਦੀ ਬੰਦਾ ਹਰੇ ਦੇਸ਼ ਘੁੰਮਿਆ ਉਹਨੂੰ ਪਤਾ ਹੈ ਸਰ ਇਹ ਜਾਦਾਦ ਦਾ ਸੁਲਮਾਨ ਬੰਦੇ ਜੀ ਰਹਿੰਦੇ ਨੇ ਵੀ ਸਿੱਖਾਂ ਦਾ ਕਿਹ ਹੋ ਜਾਂਦਾ ਵਿਆਹ ਨਾਲ ਸਾਫਲ ਬਣੇਗੀ ਤੇ ਬਹੁਤ ਚੰਗਾ ਵਿਆਹ ਹੈ ਇਸ ਕਾਰਨ ਲੋਕਾਂ ਨੇ ਸੈਜਾ ਸਿੱਧੂ ਨੂੰ ਜਨਾ ਦੇ ਦਾ ਸਵਾਗਤ ਕੀਤਾ ਜਿਹੜੇ ਬੰਦੇ ਸੱਚੇ ਤੇ ਸੱਚੇ ਥੈਂਕ ਯੂ ਪ੍ਰਬਾਧਨਾ ਵੀ ਉਹਨਾਂ ਨੇ ਮੇਰ ਰਲਦੀ ਥੈਂਕ ਯੂ ਪੁਲੂ ਸਾਹਿਬ ਥੈਂਕ ਯੂ ਹੁਣ ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਦੇ ਕਾਰਜਾਂ ਨੂੰ ਲੈ ਕੇ ਲੋਕ ਉਹਨਾਂ ਦਾ ਲੇਖਾ ਜੋਖਾ ਕਰਨ ਲੱਗੇ ਨੇ ਜੋ ਸਿਆਸਤ ਦੇ ਵਿੱਚ ਜੇ ਕਿਸੇ ਨੂੰ ਆਸ ਲੋਕਾਂ ਨੂੰ ਨਜ਼ਰ ਆਉਂਦੀ ਕਿਉਂਕਿ ਕਪਤਾਨ ਕੇ ਵੀ ਵੇਖਲੇ ਬਾਦਲ ਕੇ ਭਾਜ ਪਈ ਆਮ ਸਾਰੇ ਲੇ ਵੇਖਲੇ ਨੇ ਨਵਜੋਤ ਸਿੰਘ ਸਿੱਧੂ ਜਿਸ ਤਰ੍ਹਾਂ ਅਗਰੈਸਿਵ ਸਿਆਸਤਦਾਨ ਬਣਿਆ ਉਸਤੇ ਕੋਈ ਪੋਲਿਟੀਕਲੀ ਇਸ ਤਰ੍ਹਾਂ ਦਾ ਦਾਗ ਨਹੀਂ ਹੈ ਕੋਟਾਲਿਆਂ ਦਾ ਉੱਥੇ ਲੋਕ ਤਵਕਕਾ ਨਵਜੋਤ ਸਿੰਘ ਸਿੱਧੂ ਤੋਂ ਰੱਖਣ ਲੱਗੇ ਨੇ ਪਰ ਨਵਜੋਤ ਸਿੱਧੂ ਨੂੰ ਨਾ ਕਾਂਗਰਸ ਚੱਲਦੀ ਹੈ ਭਾਜਪਾ ਤੇ ਇਕੱਲੀ ਨੇ ਤੇ ਚੱਲਣਾ ਕੀ ਹੈ ਉਹਨਾਂ ਦੀ ਆਪਣੀ ਪਾਰਟੀਆਂ ਦੇ ਵਿੱਚ ਖਿੱਚੋ ਤਾਣਾ ਨਵਜੋਤ ਸਿੰਘ ਸਿੱਧੂ ਨੂੰ ਸਿਡਨੀ ਦੀ ਜਿਹੜੀ ਵਿਸ਼ਵ ਪੰਜਾਬੀ ਸਿਹਤ ਪੀਠ ਹੈ ਜਾਂ ਐਨ ਆਰ ਐ ਵਰਲਡ ਆਰਗੇਨਾਈਜੇਸ਼ਨ ਆ ਉਸਨੇ ਫਖਰੇ ਕਾਮ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਖਾਸ ਕਰਕੇ ਇਸ ਦੇ ਜਿਹੜੇ ਕਨਵੀਨਰ ਨੇ ਐਨ ਆਈ ਵਰਲਡ ਆਰਗੇਨਾਈਜੇਸ਼ਨ ਦੇ ਡਾਕਟਰ ਅਮਰਜੀਤ ਸਿੰਘ ਟਾਂਡਾ ਹੋਰਾਂ ਨੇ ਦੱਸਿਆ ਕਿ ਕਰਤਾਰਪੁਰ ਕਾਰਿਡੋਰ ਸੰਬੰਧੀ ਜਿਹੜਾ ਸਿੱਧੂ ਨੇ ਜੋ ਕੋਸ਼ਿਸ਼ ਕੀਤੀ ਤਾਂ ਹਾਲਾਂਕਿ ਉਹ ਮੈਸੇਜ ਲੈ ਕੇ ਆਇਆ ਕਮਰ ਜਵੇਦ ਬਾਜਵਾ ਜਿਨ੍ਹਾਂ ਦਾ ਆਪਣਾ ਖਾਨਦਾਨ ਵੀ ਬੜਾ ਲੰਮਾ ਚੌੜਾ ਹੈ ਕਿਉਂਕਿ ਕਮਰ ਜਵੇਦ ਬਾਜਵਾ ਤੇ ਭਾਵੇਂ ਭਾਰਤੀ ਲੋਕ ਨੇ ਜਾਂ ਭਾਰਤੀ ਮੀਡੀਆ ਕੇ ਯੂਜ਼ਰ ਕਰਦਾ ਹੋਵੇ ਪਰ ਬਾਜਵਾ ਸਾਹਿਬ ਦੇ ਬਾਰੇ ਵੀ ਕੁਝ ਆਰਟੀਕਲ ਆਏ ਨੇ ਕਿ ਉਹਨਾਂ ਦੀ ਵੀ ਇੱਛਾ ਸੀ ਕਿ ਇਹ ਇੱਕ ਇਤਿਹਾਸਕ ਕਦਮ ਪੁੱਟਿਆ ਜਾਵੇ ਕਰਤਾਰਪੁਰ ਕੋਰੀਡੋਰ ਖੁੱਲੇ ਪਰ ਇਸ ਦੇ ਨਾਲ ਭਾਰਤੀ ਏਜੰਸੀਆਂ ਨੇ ਜਿਹੜੀਆਂ ਉਹ ਹੋਰ ਸਤਾਰਕ ਹੋ ਗਈਆਂ ਨੇ ਇਹ ਖਬਰਾਂ ਵੀ ਭਾਰਤੀ মিডিਏ ਦੇ ਵਿੱਚ ਹਿੰਦੁਸਤਾਨੀ মিডিਏ ਵਿੱਚ ਛਪ ਰਹੀਆਂ ਨੇ ਕਿ ਕੋਰੀਡੋਰ ਦੇ ਰਾਹੀਂ ਜੋ ਲੋਕ 18-20 ਲੱਖ ਲੋਕ ਸਾਲਾਨਾ ਉਧਰ ਜਾਣਗੇ ਕਿਤੇ ਨਾ ਕਿਤੇ ਜਿਹੜੇ ਗਰਮਖਿਆਲੀ ਸਿੱਖ ਤੇ ਰਾਣ ਉਹ ਇਹਨਾਂ ਭਾਰਤੀਆਂ ਨੂੰ ਉਕਸਾਉਣਗੇ ਸੋ ਇਸ ਕਰਕੇ ਭਾਰਤੀ ਏਜੰਸੀਆਂ ਦੀ ਜਿਹੜੀ ਨੀਂਦ ਓਡੀ ਹੈ ਉਹ ਇਸ ਬਾਰੇ ਹੋਰ ਸਤਾਰਕ ਨੇ ਜਿਹੜੀਆਂ ਇਹਨਾਂ ਸ਼ਬਦਾਂ ਨੂੰ ਤੇ ਨਜ਼ਰ ਰੱਖਣ ਦੇ ਲਈ ਹੋਰ ਸਤਾਰਕ ਹੋਰ ਟਾਸਕ ਉਹਨਾਂ ਨੂੰ ਕਰਨੀ ਪਵੇਗੀ ਇਹ ਵੀ ਖਬਰਾਂ ਚਰਚਾ ਦੇ ਵਿੱਚ ਨੇ ਤੁਸੀਂ ਹਨਰੋ ਸਰ ਵਾਣਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਗੱਲ ਆ ਤੁਸੀਂ ਜੋ ਉਹਦਾ ਕਹਿੰਦੇ ਆ ਵਿਸਤਾਰ ਨਾਲ ਸਾਰਾ ਕੁਝ ਸਹੀ ਆ ਮੈਂ ਤਾਂ ਇੱਕੋ ਗੱਲ ਕਹੂੰਗਾ ਸੁਖਵੀਰ ਬਾਦਲ ਜੀ ਕਹਿੰਦੇ ਸੀ ਸਫਤਾਂ ਕਰਦੇ ਸੀ ਪਾਕਿਸਤਾਨ ਦੀਆਂ ਵੀ ਉਹਨਾਂ ਨੇ 10 ਮਹੀਨਿਆਂ ਦੇ ਵਿੱਚ ਬਹੁਤ ਵਧੀਆ ਬ੍ਰਿਜ ਬਣਾਤੇ ਉਧਰ ਸੋਨਾ ਬਹੁਤ ਬਣਾਇਆ ਜੋ ਸਿਸਟਮ ਸਗਾ ਵੀ ਉਹ ਵਰਕਰਾਂ ਨੇ ਬਹੁਤ ਸੋਹਣਾ ਕੰਮ ਕੀਤਾ 10 ਮਹੀਨਿਆਂ ਦੇ ਵਿੱਚ ਵੀ ਮੈਂ ਪਾਕਿਸਤਾਨੀਆਂ ਨੂੰ ਸ਼ਾਬਾਸ਼ ਦਿੰਨਾ ਇਹ ਲਫ਼ਜ਼ ਸੁਖਵੀਰ ਬਾਦਲ ਦੇ ਆ ਮੈਂ ਸੁਖਵੀਰ ਬਾਦਲ ਨੂੰ ਇਹ ਪੁੱਛਦਾ ਵੀ ਤੁਹਾਡੇ ਪਾਪਾ ਜੀ ਪੰਜ ਵਾਰ ਮੁੱਖ ਮੰਤਰੀ ਰਹੇ ਹਾਲੇ ਤੱਕ ਪੰਜਾਬ ਦੀਆਂ ਨਲਕੀ ਨਾਲੀਆਂ ਗਲੀਆਂ ਹੀ ਨਹੀਂ ਪੱਕੀਆਂ ਕਰ ਸਕੇ ਹਾਲੇ ਤੱਕ ਜੇਕਰ ਤੁਸੀਂ 10 ਸਾਲ ਰਹੇ ਆ 10 ਸਾਲਾਂ ਵਿੱਚ ਸਰਵ ਡਰੱਗ ਦਾ ਸਪਲਾਈ ਹੋਈ ਆ ਪੰਜਾਬ ਵਿੱਚ ਤੇ ਨੌਜਵਾਨ ਪਿੰਡਾਂ ਦੇ ਮੁੰਡੇ ਮਰੇ ਆ ਉਹਦਾ ਕੌਣ ਜ਼ਿੰਮੇਵਾਰ ਆ ਬਹੁਤ ਚੰਗੀ ਗੱਲ ਆ ਜੇ ਪਾਕਿਸਤਾਨ ਨੇ 10 ਮਹੀਨਿਆਂ ਦਾ ਕੰਮ ਕੀਤਾ ਸ਼ਾਬਾਸ਼ ਸੁਖਵੀਰ ਬਾਦਲ ਦੇ ਅੱਖੀ ਦੇਖਿਆ ਹਾਲ ਹੋ ਗਿਆ ਪਰ ਇਹਨਾਂ ਨੇ ਪੰਜ ਵਾਰ ਮੁੱਖ ਮੰਤਰੀ ਬਣ ਕੇ ਪੰਜਾਬ ਦਾ ਨਾਲੀਆਂ ਗਲੀਆਂ ਆਟੇ ਦਾਣੇ ਤੇ ਲਾਤੀ ਦੁਨੀਆ ਭਖਾਰੀ ਬਣਾ ਕੇ ਰੱਖ ਸਦੀ ਸਾਰੀ ਦੁਨੀਆ ਔਰ ਅੱਜ ਵੀ ਦਾ ਐਮ ਐਲ ਏ ਹੋਣ ਚਾਹੇ ਐਮ ਪੀ ਹੋਣ ਉਹ ਅਮੀਰ ਹੋ ਗਏ ਆ ਗਰੀਬ ਹੋਰ ਗਰੀਬ ਹੋ ਗਿਆ ਸਕੂਲਾਂ ਦਾ ਵੀ ਨਿਹਾਰ ਜਿੱਦੋਂ ਜਲਾਲਾਬਾਦ ਤੋਂ ਲੜਦੇ ਹੁੰਦੇ ਉੱਤੇ ਪਾਣੀ ਪੀਣ ਨੂੰ ਹੈ ਨਹੀਂਗਾ ਗੰਦਾ ਪਾਣੀ ਜਿਹੜੇ ਲੋਕੀ ਪੀਂਦੇ ਆ ਆ ਹਾਲਤ ਇਹਨਾਂ ਦੇ ਹੁੰਦਿਆ ਹੋ ਗਿਆ ਮੈਂ ਤਾਂ ਇਹਨਾਂ ਨੂੰ ਕਹੂੰਗਾ ਰੱਬ ਬਾਬੇ ਨਾਨਕ ਦੇ ਟਾਈਮ ਤੇ ਸਮਤ ਬਖਸ਼ੇ ਇਹਨਾਂ ਨੂੰ ਨਹੀਂ ਮਿਹਰਬਾਨੀ ਕਰੂੰਗਾ ਬਾਬਾ ਮਿਹਰਬਾਨ ਹੁਣ ਭਾਰਤੀ মিডিਆ ਬਹੁਤ ਹਾਇਦਵਾ ਮਚਾਰਿਆ ਕਿ ਪਾਕਿਸਤਾਨ ਭੁੱਖਾ ਮਰ ਰਿਹਾ ਟਮਾਟਰ ਹੈ ਜਿਹੜੇ ਉਹ 300 ਰੁਪਏ ਕਿਲੋ ਹੋ ਗਏ ਨੇ ਲਸਣ ਆ 260 ਰੁਪਏ ਹੋ ਗਿਆ ਜੇ ਕਰੰਸੀ ਰੇਟ ਨਾਲ ਵੇਖੋ ਠੀਕ ਹੈ ਚੀਜ਼ਾਂ ਮਹਿੰਗਾਈ ਹੋਈ ਹੈ ਪਰ ਲਸਣ ਸਾਡੇ ਵੀ 200 ਰੁਪਏ ਕਿਲੋ ਭਾਈ ਰੇਟ ਪੁੱਛ ਕੇ ਵੇਖੋ ਗੰਡੇ ਸਾਡੇ ਵੀ 80 ਰੁਪਏ ਕਿਲੋ ਤੁਰੇ ਫਿਰਦੇ ਆ ਉਧਰ 260 ਹੈ ਤੇ ਸਾਡੇ ਬਰਾਬਰੀ ਬਣਦਾ ਉਹਨਾਂ ਦਾ ਕਰੰਸੀ ਰੇਟ ਡਾਉਨ ਹੈ ਸੋ ਇਸ ਕਰਕੇ ਗੱਲ-ਗੱਲ ਤੇ ਇਹ ਚੀਜ਼ਾਂ ਨਿੰਦਣੀਆਂ ਵਰਡ ਹੰਗਰ ਇੰਡੈਕਸ ਦੇ ਵਿੱਚ ਅਸੀਂ 122 ਦੇਸ਼ਾਂ ਚ 107ਵੇਂ ਸਥਾਨ ਤੇ ਆ ਪਾਕਿਸਤਾਨ 94 ਸਥਾਨ ਤੇ ਸਾਡੇ ਨਾਲੋਂ ਰੱਜਿਆ ਪੁੱਜਿਆ ਕੱਲ ਮੈਂ ਵੇਖ ਰਿਹਾ ਸੀ ਇੱਕ ਹਿੰਦੁਸਤਾਨੀ ਟੀਵੀ ਇਹ ਹਿੰਦੁਸਤਾਨੀ ਲਫ਼ਜ਼ ਮੈਂ ਖਾਸ ਕਰਕੇ ਸਟਾਇਰ ਦੇ ਰੂਪ ਦੇ ਵਿੱਚ ਵਰਤਦਾ ਅਦਰਵਾਇਜ਼ ਮੈਂ ਹਿੰਦੁਸਤਾਨੀ ਲਫ਼ਜ਼ ਨਹੀਂ ਵਰਤਦਾ ਕਿਉਂਕਿ ਇੰਡੀਆ ਦਾ ਨਾਂ ਭਾਰਤ ਜਾਂ ਇੰਡੀਆ ਹੈ ਸੋ ਉਹ ਦਿਖਾ ਰਿਹਾ ਸੀ ਕਿ ਬੱਚੇ ਭੁੱਖ ਨਾਲ ਤਰਸ ਰਹੇ ਨੇ ਭੁੱਖੇ ਮਰ ਰਹੇ ਨੇ ਲੋਕ ਉਹ ਫੁਟੇਜ ਘੁੰਮਦੀ ਹੈ ਯਕੀਨ ਜਾਣਿਓ ਤੁਸੀਂ ਉਸ ਫੁਟੇਜ ਨੂੰ ਵੇਖੋ ਐਨੇ ਲਾਲ ਗਲਾਲ ਟਮਾਟਰਾਂ ਵਰਗੇ ਜੁਆਕ ਨੇ ਮਾਫ ਕਰਨਾ ਸਾਡੀਆਂ ਤੇ ਬਾਲੀਵੁੱਡ ਦੀਆਂ ਬੀਬੀਆਂ ਦੇ ਮੂੰਹਾਂ ਤੇ ਗੱਲਾਂ ਤੇ ਉਹੋ ਜਿਹੀ ਰੌਣਕ ਨਹੀਂ ਜਿਹੋ ਜੀ ਉਹਨਾਂ ਦੇ ਭੁੱਖੇ ਕਹੇ ਜਾਂਦੇ ਜੁਆਕਾਂ ਦੇ ਰੌਣਕ ਹੈ ਹਨ ਪੈਨੇ ਲਾਲ ਸਿਓ ਵਰਗੇ ਜੇ ਭਾਈ ਬੰਦਾ ਭੁੱਖਾ ਤੇ ਘਟੋ ਘਟ ਰੰਗ ਸਿਓ ਵਰਗਾ ਨਹੀਂ ਹੁੰਦਾ ਚੋਰੜੇ ਵਰਗਾ ਹੋ ਜਾਂਦਾ ਇਹ ਵੀ ਪੁਰਾਣਾ ਲਫਜ਼ਾ ਚੋਰੜਾ ਕਹਿੰਦਾ ਅੱਧ ਸੜੀ ਲੱਕੜਾ ਕਰਾ ਕਹਿੰਦਾ ਚੋਰੜੇ ਵਰਗਾ ਹੋ ਗਿਆ ਸੋ ਇਹ ਜਿਹੜਾ ਦਿਖਾਇਆ ਜਾ ਰਿਹਾ ਉਹ ਠੀਕ ਹੈ ਉਹ ਬੱਚੇ ਭੁੰਜੇ ਬੈਠ ਕੇ ਖਾਣਾ ਖਾ ਰਹੇ ਨੇ ਆ ਇੱਕ ਭਾਰਤ ਵਰਸ਼ ਟੀਵੀ ਆ ਦਿਖਾਈ ਜਾਂਦਾ ਇੰਡੀਆ ਦਾ ਮਤਲਬ ਐਡੇ ਲਾਲ ਗਾ ਹੈਲਦੀ ਬੱਚੇ ਨੇ ਉਹ ਇਹ ਦੂਸਰਾ ਜਿਹੜਾ ਹੈਗਾ ਕਿ ਸਾਡੇ ਨਾਲੋਂ ਰਜਮੀ ਰੋਟੀ ਖਾਂਦੇ ਨੇ ਭਾਵੇਂ ਉਹ ਮੁਰਗ ਮੁਸੱਲਮ ਖਾਂਦੇ ਨੇ ਵੱਡਾ ਮਾਸ ਖਾਂਦੇ ਨੇ ਕੁਝ ਵੀ ਖਾਂਦੇ ਨੇ ਛੋਟਾ ਗਾਂ ਖਾਂਦੇ ਨੇ ਉਹ ਗੱਲ ਬਾਤ ਦੀ ਹੈ ਪਰ ਜਿਹੜਾ ਵਰਡ ਹੰਗਰ ਇੰਡੈਕਸ ਦੱਸਦਾ ਵਿਸ਼ਵ ਭੁੱਖਮਰੀ ਰਿਪੋਰਟ ਦੱਸਦੀ ਹੈ ਉਹ ਸਿਰਫ ਸਿਰਫ ਢੱਡ ਦੀ ਭੁੱਖ ਨਹੀਂ ਉਹ ਬੰਦੇ ਦਾ weight ਕਿੰਨਾ ਇੰਡੀਅਨ ਬੰਦੇ ਅੰਡਰ weight ਹੋਈ ਜਾ ਰਹੇ ਨੇ ਹਲਕੇ ਹੋਈ ਜਾਂਦੇ ਨੇ ਤੇ ਉਹਨਾਂ ਦੀ ਹਾਈਟ ਚੈੱਕ ਕੀਤੀ ਜਾਂਦੀ ਹੈ ਉਹਨਾਂ ਦੀ ਡਾਈਟ ਚੈੱਕ ਕੀਤੀ ਜਾਂਦੀ ਹੈ ਉਹਨਾਂ ਦਾ ਬਲੱਡ ਚੈੱਕ ਕੀਤਾ ਜਾਂਦਾ ਕਿ ਇਹਦੇ ਵਿੱਚ ਅਨੀਮੀਆ ਦੀ ਘਾਟ ਤਾਂ ਨਹੀਂ ਸੋ ਇਹ ਬਹੁਤ ਸਾਰੀਆਂ ਚੀਜ਼ਾਂ ਫੈਕਟਰ ਲੈ ਕੇ WHO ਜਾਂ ਇਹ ਚੀਜ਼ਾਂ ਤੋਂ ਫਿਰ ਕਿਸੇ ਦੇਸ਼ ਦੀ ਭੁੱਖ ਮਰੀ ਦਾ ਮੀਟਰ ਤੈਅ ਕੀਤਾ ਜਾਂਦਾ ਹੈ ਉਹ 94ਵੇਂ ਰੈਂਕ ਤੇ ਨੇ ਅਸੀਂ 107ਵੇਂ ਰੈਂਕ ਤੇ ਆ। ਇਹ ਠੀਕ ਹੈ ਗਰੀਬੀ ਗੁਰਬਤ ਹੈਗੀ ਹੈ Imran ਨੇ ਵੀ ਉਸ ਤਰ੍ਹਾਂ ਨਾਲ ਆਖਿਆ ਕਿ ਗੁਰਬਤ ਸਾਡੇ ਲਈ ਬਹੁਤ ਵੱਡਾ ਕਲੰਕ ਹੈ ਦੋਨਾਂ ਮੁਲਕਾਂ ਦੇ ਵਾਸਤੇ। ਸਾਡੇ ਵੀ ਗੁਰਬਤ ਹੈ ਉਧਰ ਵੀ ਗੁਰਬਤ ਹੈ। ਇਸ ਕਰਕੇ ਜੇ ਅਸੀਂ ਗੁਰਬਤ ਨੂੰ ਖਤਮ ਕਰਨਾ ਤੇ ਗੱਲਬਾਤ ਕਰਨੀ ਪਵੇਗੀ। Imran ਨੇ ਉਸ ਮੌਕੇ ਵੀ ਆਖਿਆ। ਪਰ ਸਾਡੇ ਵਾਲੇ ਤਾਂ ਹੀ ਹੈ ਨਾ ਕਿ ਜੇ ਉਹ ਪਾਕਿਸਤਾਨ ਦੇ ਖਿਲਾਫ ਇਸਲਾਮ ਦੇ ਖਿਲਾਫ ਜ਼ਹਿਰ ਉਗਲਣਗੇ ਤਾਂ ਉਹਨਾਂ ਨੂੰ ਵੋਟ ਮਿਲੂਗੀ। ਇਹ ਠੀਕ ਹੈ ਕਿ ਇਸਲਾਮ ਦੇ ਜਿਹੜੇ ਹਾਕਮ ਰਹੇ ਨੇ ਉਹਨਾਂ ਨੇ ਜਾਤੀਆਂ ਕੀਤੀਆਂ ਨੇ ਹਿੰਦੂ ਸਮਾਜ ਤੇ ਕਾਫਰ ਉਹਨਾਂ ਨੂੰ ਸੱਦਿਆ ਹੁਣ ਵੀ ਸੱਦਦੇ ਨੇ ਪਰ ਗੱਲ ਇਹ ਹੈ ਕਿ ਇਸ ਬਨਾਤੇ ਅਸੀਂ ਉਹੀ ਨਫ਼ਰਤ ਅਗਰ ਲਈ ਬੈਠਿਆ ਅਰਬਾਂ ਖਰਬਾ ਰੁਪਏ ਜਿਹੜਾ ਬਜਟ ਅਸੀਂ ਬਾਰਡਰ ਤੇ ਲਾ ਰਹੇ ਆ ਉਹਦਾ ਫਾਇਦਾ ਕੀ ਹੈ ਗੱਲਬਾਤ ਬਾਜਪਾਈ ਸਾਹਿਬ ਨੇ ਵੀ ਸ਼ੁਰੂ ਕੀਤੀ ਸਵਾਗਤ ਕਰਨਾ ਚਾਹੀਦਾ ਮੋਦੀ ਸਾਹਿਬ ਨੇ ਆਪਣਾ ਜਹਾਜ਼ ਲਾਇਆ ਸੀ ਉੱਥੇ ਬਿਨਾ ਪ੍ਰੋਟੋਕੋਲ ਤੋਂ ਉਹਦਾ ਵੀ ਸਵਾਗਤ ਕਰਨਾ ਚਾਹੀਦਾ ਹੈ ਕਪਤਾਨ ਸਾਹਿਬ ਨੇ ਖੇਡਾਂ ਸ਼ੁਰੂ ਕਰਾਈਆਂ ਸੀ ਭਾਰਤ ਪਾਕਿਸਤਾਨ ਦੀਆਂ ਉਹਦਾ ਵੀ ਸਵਾਗਤ ਕਰਨਾ ਚਾਹੀਦਾ ਨਵਜੋਤ ਸਿੰਘ ਸਿੱਧੂ ਜਫੀ ਦੇ ਰਾਹੀਂ ਇਹ ਸਨੇਹਾ ਲੈ ਕੇ ਆਏ ਨੇ ਇਹਦਾ ਵੀ ਸਵਾਗਤ ਕਰਨਾ ਚਾਹੀਦਾ ਇਹ ਨਫ਼ਰਤ ਸਾਨੂੰ ਘਟਾਆਂ ਘਟਾਉਣੀ ਚਾਹੀਦੀਏ ਤੁਸੀਂ ਆਨਰ ਹੋ ਸਰ ਹਾਂਜੀ ਡੋਣਾ ਸਾਹਿਬ ਲਖਵਿੰਦਰ ਸਿੰਘ ਸੰਵੇਾਲੀ ਬੇਨਤੀ ਕਰਦਾ ਜੀ ਸੰਵੇਾਲੀ ਜੀ ਾਰੇ ਹਣ ਸਿੱਧੂ ਸਾਹਿਬ ਦੱਸੋ Imran Khan ਨੇ ਆਦੇ ਵੀ ਤੂੰ ਬੜਾ ਮਾੜਾ ਕੰਮ ਕੀਤਾ ਹੈ ਲਾਂਗਾ ਕੋਲਣ ਵਾਲਾ ਉਸ ਦਾ ਕਰਨੀ ਬਣਦੀ ਸੀ ਸਰ ਭਾਰਤ ਦਾ ਅਸੀਂ ਕਾਦਾ ਧੰਨਵਾਦ ਕਰੀਏ ਜੀ ਇਹ ਤਾਂ ਸਾਡਾ ਆਪਦਾ ਦੇਸ਼ ਸੀ ਇਹਦਾ ਕਾਦਾ ਕਰੀਏ ਜੀ ਧੰਨਵਾਦ ਅਸੀਂ ਇੱਥੇ ਰਹਿੰਦੇ ਅੱਜ ਅਸੀਂ ਜਮੇ ਇਥੇ ਮਾਰਨੇ ਆ ਲੜਨੇ ਆ ਇਹ ਨਾਲ ਆਸਤੇ ਸਾਧੂ ਜੀ ਇਹ ਭਾਰਤ ਦਾ ਧੰਨਵਾਦ ਘੱਟ ਕੀਤਾ ਕੋਈ ਧੰਨਵਾਦ ਨਹੀਂ ਕਰਨਾ ਮਾਰਗਾ ਜੀ ਕੱਲਾ Imran Khan ਦਾ ਕਿਉਂਕਿ ਉਹਨਾਂ ਨੇ ਤਾਂ ਸਾਨੂੰ ਲਾਂਗਾ ਦਿੱਤਾ ਜੀ ਦੁੱਗੀ ਗੱਲ ਕੀ ਸਿਖਾ ਦੇਣਗੇ ਸਰ ਜੀ ਦੱਸੋ ਪੰਜਾਂ ਘੰਟਿਆਂ ਚ ਜਿਹੜਾ ਇਥੇ ਨਹੀਂ ਆ ਮਾਨ ਗੱਲ ਹਲੇ ਨਹੀਂ ਸਕਾ ਦਿੱਤੀ ਹੁਣ ਤੱਕ ਅਤੇਂਦਰਪਾਲ ਸਿੰਘ ਖਾਲਸਤਾਨੀ ਨਹੀਂ ਸਕਾ ਦਿੱਤਿਆ ਜਗਦੀਸ਼ ਸਿੰਘ ਧਵਾਨ ਨਹੀਂ ਸਕਾ ਦਿੱਤਿਆ ਉਹ ਸੋਹਣ ਸਿੰਘ ਨੂੰ ਤਾਂ ਇਹਨਾਂ ਨੇ ਬਾਇਆ ਜੀ ਮਾਨ ਨਾਲ ਮੁੜ ਕੇ ਆਪੇ ਇਸ਼ਾਨ ਲੈਂਦੇ ਉਹਦੀ ਮੁੰਡੇ ਆਈ ਐਸਫਸਰ ਤੇ ਪਰ ਮਾਨ ਨਾਲ ਉਹ ਆਪਦੀ ਵਧੀਆ ਮੌਤ ਮਰੀ ਆ ਜੀ ਤੇ ਕਬਾਲ ਹੋ ਗਈ ਜੀ ਤੇ ਆ ਮਾਤੜਾ ਨੂੰ ਦਾ ਕੁੱਟ-ਕੁੱਟ ਕੇ ਉਹਨਾਂ ਨੇ ਪੜੇ ਪਾੜ ਦਿੱਤੇ ਜੀ ਪੁਲਿਸ ਨੇ ਥੈਂਕ ਯੂ ਥੈਂਕ ਯੂ ਬਿਲਕੁਲ ਕਿੰਨੇ ਖਾੜਕੂ ਨੇ ਜਿਹੜੇ ਉਹਨਾਂ ਦੇ ਪਰਿਵਾਰ ਨੇ ਅਮਨ ਮਾਨ ਨਾਲ ਰਹ ਰਹੇ ਨੇ ਕੁੜ ਕਪਤਾਨ ਸਾਹਿਬ ਆਪ ਉਹਨਾਂ ਦੇ ਪਿੱਛੇ ਜਿਹੜਾ ਡਿਕਸੀ ਗੁਰੂ ਘਰ ਦਾ ਲੈਵਲ ਲੱਗਿਆ ਉਹ ਖਾਲਿਸਤਾਨ ਜਿੰਦਾਬਾਦ ਇਹ ਉੱਥੇ ਗਏ ਨੇ ਖਾਲਿਸਤਾਨੀ ਐਲਾਨਨਾਮਿਆਂ ਤੇ ਇਹਨਾਂ ਨੇ ਸਾਈਨ ਕੀਤੇ ਨੇ ਬਾਦਲ ਕੇ ਆਉਣੇ ਵੀ ਕਾਂਗਰਸ ਕੇ ਆਉਣੇ ਵੀ ਬਿਰਸਾ ਸਿੰਘ ਬਲਟੋਹਾ ਅਕਾਲੀ ਦਲ ਚ ਨੇ ਚਾਵਲਾ ਸਾਹਿਬ ਨੇ ਦੂਸਰੇ ਨੇ ਆਪਣਾ ਮਹਿਤਾ ਸਾਹਿਬ ਨੇ ਤੇ ਇਧਰ ਕਾਂਗਰਸ ਦੇ ਵਿੱਚ ਕਸ਼ਮੀਰ ਸੌਰੀ ਪੱਟੀ ਤੋਂ ਨੇ ਵਿਧਾਇਕ ਸੋ ਇਹ ਜਿਹੜਾ ਸੀਗਾ ਕਿ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਰੋਹਲ ਗਾਂਧੀ ਨੇ ਇੱਕ ਰਾਜਸਥਾਨ 'ਚ ਸਪੀਚ ਦਿੱਤੀ ਸੀ ਕਿ ਜਿਹੜਾ ਮੇਰੀ ਜਾਨ ਲੈਣਾ ਚਾਹੁੰਦੇ ਨੇ ਉਹੀ ਅੱਜ ਮੇਰੀ ਜਾਨ ਦੀ ਹਿਫਾਜ਼ਤ ਕਰਦੇ ਨੇ। ਉਹਨਾਂ ਦਾ ਇਸ਼ਾਰਾ ਇਸੇ ਕਾਂਗਰਸੀ ਐਮਐਲਏ ਹਰਮਿੰਦਰ ਸਿੰਘ ਗਿਲਵਾਰੇ ਸੀਗਾ। ਵਿਚਾਰਕ ਮਤਪੇਦ ਹੋ ਗਏ ਨੇ। ਪਹਿਲਾਂ ਇਸੇ ਵਿਚਾਰਕ ਮਤਪੇਦੋ ਨਕਸਲ ਲਹਿਰ ਉੱਭਰੀ ਸੀ। ਉਹ ਵੀ ਇਸ ਭੁਖਮਰੀ ਜ਼ੋਰ ਜ਼ਬਰਦਸਤੀ ਦੇ ਖਿਲਾਫ ਉੱਭਰੀ ਸੀਗੀ। ਤੇ ਜਿਵੇਂ ਹੁਣ ਆਦੀਵਾਸੀਆਂ ਦੀਆਂ ਉੱਭਰ ਰਹੀਆਂ ਨੇ ਇਸੇ ਦੌਰਾਨ ਖਾਲਸਤਾਨ ਦੀ ਲਹਿਰ ਉਭਰੀ ਇਹ ਠੀਕ ਹੈ ਪੋਲਿਟਿਕਲ ਲੋਗਾ ਨੇ ਹਾਈਜੈਕ ਕੀਤਾ ਕਿ ਤਨਾ ਕਿਤੇ ਬੇਰਜ਼ਗਾਰੀ ਜਾਂ ਸਮੱਸਿਆਵਾਂ ਚ ਕੋਈ ਹਥਿਆਰ ਚੁੱਕਦਾ ਕਿਹਦਾ ਜੀ ਕਰਦਾ ਜਿਹਦੇ ਘਰੇ ਰੋਟੀ ਪੱਕਦੀ ਹੈ ਉਹ ਹਥਿਆਰ ਚੱਕੇ ਤੁਸੀਂ ਆਪਣੀਆਂ ਚੁਗਾਠਾਂ ਪੱਕੀਆਂ ਕਰੋ ਚੋਰਾਂ ਦਾ ਕੰਮ ਤੇ ਚੋਰੀ ਕਰਨਾ ਫਿਰ ਅੱਛੇ ਖਬਰਾਂ ਲੱਗ ਰਹੀਆਂ ਨੇ ਦੇਖੋ ਸ਼ਰਾਰਤ ਉਹ ਵੀ ਕਰਦੇ ਨੇ ਕਿ ਇੱਥੇ ਬੰਬ ਡੇਗਿਆ ਕਰਾਮਤ ਹੋਈ ਤੇ ਇਹ ਸਖੂ ਦੇ ਵਿੱਚ ਬੰਬ ਜਜ਼ਬ ਹੋ ਗਿਆ ਉਹਨਾਂ ਨੇ ਪੱਟੀ ਲੈ ਕੇ ਲਾਤੀ ਕਿ ਭਾਰਤੀ ਫੌਜ ਨੇ ਇੱਥੇ ਬੰਬ ਸੁੱਟਿਆ ਉਹ ਸਾਰੇ ਆ ਮੈਂ ਮੰਨਦਾ ਮੈਂ ਤਾਂ ਪਹਿਲੀ ਦਰ ਤੋਂ ਹੀ ਆਖਿਆ ਕਿ ਤਿੰਨ ਤਰੀ ਸਿਆਸਤ ਹੈ ਹਿੰਦੂ ਮੁਸਲਮਾਨ ਤੇ ਸਿੱਖਾਂ ਦੀ ਜਿਨ੍ਹਾਂ ਨੂੰ ਡਾਇਵਰਟ ਕੀਤਾ ਜਾ ਰਿਹਾ ਜੇ ਸਿੱਖ ਇਹ ਗੱਲ ਸੋਚਣਗੇ ਹੁਣ ਆਨੰਦ ਮੈਰਿਜ ਐਕਟ ਕਿਉਂ ਨਹੀਂ ਲਾਗੂ ਕਰ ਰਹੇ ਸਿੱਖਾਂ ਦੀ ਜਾਦਨਾ ਹਸਤੀ ਦੀ ਗੱਲ ਕੀਤੀ ਜਾਂਦੀ ਹੈ ਕਿਉਂ ਨਹੀਂ ਸਿੱਖ ਕੌਮ ਨੂੰ ਇੱਕ ਵੱਖਰੀ ਕੌਮ ਕਿਹਾ ਜਾਂਦਾ ਰਸਮੋ ਰਿਵਾਜ ਵੱਖਰੇ ਨੇ ਸਾਰਾ ਕੁਝ ਵੱਖਰਾ ਪਰ ਇਹਨਾਂ ਨੇ ਉਹ ਆਨੰਦ ਮੈਰਿਜ ਐਕਟ ਉਸੇ ਹਿੰਦੂ ਮੈਰਿਜ ਐਕਟ ਦੇ ਝੂਲੇ ਥਲੇ ਰੱਖਿਆ ਹੋਇਆ ਲੋਕਾਂ ਨੂੰ ਪਤਾ ਹੀ ਨਹੀਂ ਆ ਡਾਕਟਰ ਗਾਂਧੀ ਆ ਜਿਹੜੇ ਉਹ ਲੈ ਕੇ ਆਏ ਸੀਗੇ ਸਿੱਖ ਮੈਰਿਜ ਐਕਟ ਜਿਹੜਾ ਕਿ ਵਖਰਾਉਂਦਾ ਕਿ ਸਿੱਖ ਇੱਕ ਵੱਖਰੀ ਆਇਡੈਂਟੀਟੀ ਨੇ ਆ ਜੁਧਿਆ ਵਿਆਪਰੀ ਮਸਜਿਦ ਫੈਸਲਾ ਆ ਇਸ ਦੇ ਵਿੱਚ ਵੀ ਸਿੱਖਾਂ ਨੂੰ ਇੱਕ ਵੱਖਰਾ ਧਰਮ ਨਹੀਂ ਮੰਨਿਆ ਗਿਆ ਉਸ ਫੈਸਲੇ ਦੇ ਵਿੱਚ ਵੀ ਸਿੱਖ ਫਿਰਕੇ ਨੂੰ ਸਿੱਖ ਧਰਮ ਨੂੰ ਇੱਕ ਫਿਰਕਾ ਲਾਣਿਆ ਗਿਆ ਨਾ ਕਿ ਇੱਕ ਵੱਖਰਾ ਧਰਮ ਲਾਣਿਆ ਗਿਆ ਸੋ ਇਸ ਕਰਕੇ ਇਹ ਚੀਜ਼ਾਂ ਨੇ ਇਹ ਹਿਡਨ ਅਜੰਡਾ ਇੰਡੀਆ ਦਾ ਵੀ ਹੈ ਇਹ ਹਿਡਨ ਅਜੰਡਾ ਪੱਖੋਂ ਇੱਕ ਹੋਰ ਗੱਲ ਉੱਠੀ ਹੈ ਕਿ ਉੱਥੇ ਜਿਹੜਾ ਸਾਡਾ ਜਵਾਨ ਸੀਗਾ ਵਿਨੰਦਨ ਜਿਹੜਾ ਉਹਨਾਂ ਨੇ ਇਕਦਮ ਵਾਪਸ ਕਰ ਦਿੱਤਾ ਪਬਲਿਕ ਤੋਂ ਬਚਾਇਆ ਹਾਲਾਂਕਿ ਪਬਲਿਕ ਕੁਟਮਾਰ ਕਰਦਾਂ ਦੀ ਕੋਈ ਕਿਹਦੇ ਪੁੱਛਣਾ ਸੀਗਾ ਪਬਲਿਕ ਇੱਥੇ گاਵਾਂ ਵਾਲਿਆਂ ਦੀ ਕੁਟਮਾਰ ਕਰਦੰਦੀ ਐ ਸੰਕੜੇ ਲੋਕਮਾਰੇ ਨੇ ਕੋਈ ਪੁੱਛਦਾ ਹਜੂਮ ਤੇ ਜਿਹੜਾ ਮੌਬ ਲਿੰਚਿੰਗ ਤੇ ਕੋਈ ਕਾਨੂੰਨ ਨਹੀਂ ਐ ਸੋ ਉਹਨਾਂ ਨੇ ਉਸ ਅਵਿਨੰਦਨ ਨੂੰ ਬਚਾਇਆ ਸਾਡੇ ਸਪੁਰਦ ਕੀਤਾ ਹੁਣ ਉਹਨਾਂ ਨੇ ਪਾਕਿਸਤਾਨ ਦੇ ਵਾਰ ਮਿਊਜ਼ੀਅਮ ਦੇ ਵਿੱਚ ਅਵਿਨੰਦਨ ਦਾ ਪੁਤਲਾ ਲਾ ਦਿੱਤਾ ਕਿ ਦੋ ਭਾਰਤੀ ਫੌਜੀਆ ਨੇ ਉਸ ਨੂੰ ਸੌਰੀ ਪਾਕਿਸਤਾਨੀ ਫੌਜੀਆ ਨੇ ਅਵਿਨੰਦਨ ਨੂੰ ਆਪਣੀ ਕਸਟਡੀ ਚ ਲਿਆ ਹੋਇਆ ਉਹ ਵਾਰ ਮਿਊਜ਼ੀਅਮ ਦਾ ਹਿੱਸਾ ਨਹੀਂ ਉਹਨਾਂ ਦਾ ਇੱਕ ਪਾਰਟ ਨੇ ਉਸ਼ਾਰਤ ਕਰਨਗੇ ਇਹ ਭਾਰਤੀ ਫੌਜ ਦਾ ਜਵਾਨ ਸੀ ਅਸੀਂ ਉਸ ਨੂੰ ਸਰੈਂਡਰ ਕੀਤਾ ਹੋਇਆ ਪਰ ਜਦੋਂ ਜਰਨਲ ਨਿਆਜ਼ੀ ਹੋਰਾਂ ਨੇ ਸਾਈਨ ਕੀਤੇ ਬੰਗਲਾਦੇਸ਼ ਦੇ ਦੌਰਾਨ ਜਦੋਂ 90 ਹਜ਼ਾਰ ਦੇ ਕਰੀਬ ਪਾਕਿਸਤਾਨੀ ਫੌਜ ਜਿਹੜੀ ਹੈ ਕੈਦ ਕਰ ਲਈ ਸੀਗੀ ਉਹ ਜਦੋਂ ਸਰੈਂਡਰ ਕਰਦੇ ਨੇ ਤੇ ਉਹ ਨਿਆਜ਼ੀ ਹੋਰੀ ਦਸਤਖਤ ਕਰ ਰਹੇ ਨੇ ਉਹ ਪੋਸਟਰ ਅਸੀਂ ਸਾਡੇ ਅਜਾਇਬਖਾਨ ਚ ਨਹੀਂ ਪਏ ਉਦੋਂ ਪੋਸਟਰ ਬਣਾਏ ਜਾਂਦੇ ਸੀਗੇ ਹੋਰ ਛੱਡੋ ਪਾਕਿਸਤਾਨ ਦੇ ਜਿਹੜੇ ਨੇ ਦਰਜਨਾ ਟੈਂਕ ਇੰਡੀਆ ਚ ਖੜੇ ਨੇ ਜਿਹੜੇ ਪੈਟਰਨ ਟੈਂਕ ਸਾਡੇ ਜਵਾਨ ਖੋ ਕੇ ਲਿਆਏ ਨੇ ਉਹਨਾਂ ਟੈਂਕਾਂ ਦੀ ਜਿਹੜੀ ਨਾਲੀ ਆ ਉਹ ਥੱਲੇ ਸਿਟੀ ਹੋਈ ਹੈ ਕਿਉਂਕਿ ਦੁਸ਼ਮਣ ਦੇਸ਼ ਦੇ ਟੈਂਕ ਜਿਹੜੇ ਵੀ ਲਿਆਂਦੇ ਜਾਂਦੇ ਨੇ ਆ ਪਟਿਆਲੇ 'ਚ ਖੜਾ ਹੋਰ ਥਾਂ ਖੜੇ ਨੇ ਉਹਨਾਂ ਦੀ ਜਿਹੜੀ ਤੋਪ ਆ ਕਦੇ ਉੱਪਰ ਨਹੀਂ ਹੁੰਦੀ ਉਹ ਐਂ ਡਾਉਨ ਕੀਤੀ ਹੁੰਦੀ ਹੈ ਜਾਂ ਲਾ ਕੇ ਰੱਖੀ ਹੁੰਦੀ ਹੈ ਮੋਦੀ ਸਾਹਿਬ ਵੀ ਖੜੇ ਨੇ ਇੱਕ ਟੈਂਕ ਕੋਲ ਪਾਕਿਸਤਾਨ ਦੇ ਪੈਟਰਨ ਟੈਂਕ ਜਿਹੜੇ ਖੋ ਕੇ ਲਿਆਏ ਨੇ ਉਹ ਵੀ ਅਸੀਂ ਕੀ ਉਹਨਾਂ ਨੂੰ ਜਲੀਲ ਨਹੀਂ ਕਰ ਰਹੇ ਮਤਲਬ ਉਹਨਾਂ ਦਾ ਟੈਂਕ ਅਸੀਂ ਲੈ ਕੇ ਆ ਚੌਂਕਾਂ 'ਚ ਖੜਾਏ ਹੋਏ ਨੇ ਇੰਡੀਆ ਦੇ ਕਿ ਤੁਹਾਡਾ ਟੈਂਕ ਐ ਅਸੀਂ ਖੋ ਕੇ ਲਿਆਏ ਆ ਉਹਨਾਂ ਦੀ ਥੋਪ ਉੱਪਰ ਨੂੰ ਨਹੀਂ ਨੀਵੀਂ ਕਰਕੇ ਖੜਾਈ ਹੈ ਇੱਕ ਸਿੰਬਲ ਹੁੰਦਾ ਹੈ ਕਿ ਦੁਸ਼ਮਣ ਦੇਸ਼ ਦਾ ਟੈਂਕ ਹੈ ਜਿਹੜੇ ਸਾਡੇ ਦੇਸ਼ ਦੇ ਪ੍ਰਾਤਨ ਟੈਂਕ ਨੇ ਉਹਨਾਂ ਦੀਆਂ ਥੋਪਾਂ ਸਿੱਧੀਆਂ ਖੜੀਆਂ ਹੁੰਦੀਆਂ ਨੇ ਤੇ ਦੁਸ਼ਮਣ ਦੀ ਐ ਡੌਨ ਕਰਕੇ ਖੜਾਈ ਹੋਈ ਹੈ ਕੀ ਇਹ ਜਲੀਲ ਨਹੀਂ ਕਰ ਰਹੇ ਜਦੋਂ ਤੁਸੀਂ ਕਰ ਰਹੇ ਹੋ ਯਾਰ ਅਗਲੇ ਕਿਉਂ ਨਹੀਂ ਕਰਨਗੇ ਬੰਗਲਾਦੇਸ਼ ਦੇ ਟੋਟੇ ਹੋਏ ਕਿਉਂ ਹੋਏ ਉਹ ਵੀ ਤਾਂ ਉਹਨਾਂ ਦਾ ਪੂਰਬੀ ਪਾਕਿਸਤਾਨ ਸੀਗਾ ਅਸੀਂ ਆਪਣੀਆਂ ਭੁੱਲ ਜਾਨੇ ਆ ਆਪਣੇ ਆਪ ਨੂੰ ਅਸੀਂ ਦੁੱਧ ਦੋਤੇ ਖਲਾਉਨੇ ਆਪਣੇ ਆਪ ਨੂੰ ਰਾਮਜਾਦੇ ਕਹਨੇ ਆ ਦੂਸਰੇ ਨੂੰ ਹਰਾਮਜਾਦੇ ਕਹਨੇ ਆ ਇਹ ਤਾਂ ਬੀਜੇਪੀ ਵਾਲੇ ਸਾਰੇ ਆਮ ਕਰ ਰਹੇ ਨੇ ਇੱਕ ਪਾਸੇ ਜੁਧਿਆ ਬਾਬਰੀ ਮਸਜਿਦ ਫੈਸਲੇ ਨੂੰ ਕਹਿੰਦੇ ਜੀ ਸੁਪਰੀਮ ਕੋਰਟ ਦਾ ਫੈਸਲਾ ਸਾਨੂੰ ਸਾਰਿਆਂ ਨੂੰ ਸਤਕਾਰ ਕਰਨਾ ਚਾਹੀਦਾ ਹੈ ਇਸ ਫੈਸਲੇ ਦਾ ਵਿਰੋਧ ਕਰਨ ਵਾਲੇ ਦੇਸ਼ ਤ੍ਰੋਹੀ ਹੋਣਗੇ ਇਸਲਾਮ ਵਾਲਿਆਂ ਨੇ ਭਾਵੇਂ ਉਹ ਜ਼ਮੀਨ ਲੈਣੋਂ ਮਨਕਰ ਹੋ ਗਏ 5 ਏਕੜ ਪਰ ਉਹ ਕਹਿੰਦੇ ਅਸੀਂ ਰਿਵਿਊ ਪਟੀਸ਼ਨ ਪਾਵਾਂਗੇ ਪਰ ਉਹਨਾਂ ਨੇ ਕੋਈ ਬਗਾਵਤ ਨਹੀਂ ਕੀਤੀ ਭਾਵੇਂ ਕਾਨੂੰਨ ਦਾ ਡਰ ਹੈ ਭਾਵੇਂ ਉਹਨਾਂ ਦਾ ਸਤਕਾਰ ਹੈ ਉਸ ਦੀ ਮਲਵੀ ਜਵਾਨ ਦੇ ਨਾਲ ਆਲੋਚਨਾ ਕਰ ਰਹੇ ਨੇ ਜੋ ਉਹਨਾਂ ਦਾ ਰਾਈਟ ਹੈ ਪਰ ਸਾਡੇ ਵਾਲਿਆਂ ਨੇ ਕੀ ਕੀਤਾ ਉਸ ਸੁਪਰੀਮ ਕੋਰਟ ਦਾ ਫੈਸਲਾ ਜਦੋਂ ਆਉਂਦਾ ਸਬਰੀਮਾਲਾ ਮੰਦਿਰ ਦੇ ਮਾਮਲੇ 'ਚ ਜਿੱਥੇ 10 ਸਾਲ ਤੋਂ ਵੱਧ ਤੇ 55 ਸਾਲ ਤੋਂ ਘੱਟ ਉਮਰ ਦੀ Hindu ਔਰਤ ਨਹੀਂ ਜਾ ਸਕਦੀ ਭਾਵੇਂ ਉਹ ਦੇਵੀ ਦਾ ਰੂਪ ਹੈ Hindu ਧਰਮ ਦੇ ਵਿੱਚ ਲਕਸ਼ਮੀ ਦੇਵੀ ਹੈ ਸਰਸਵਤੀ ਦੇਵੀ ਹੈ ਕਿੰਨੀਆਂ ਦੇਵੀਆਂ ਨੂੰ ਅਰਦਾ ਕੰਜਕਾ ਨੂੰ ਅਸੀਂ ਦੇਵੀਆਂ ਦੇ ਰੂਪ ਦੇ ਵਿੱਚ ਪੂਜਦੇ ਹਾਂ ਪਰ ਜਿਹੜੀ ਬੱਚੀ ਨੂੰ ਮੈਂਸਸ ਆਉਣ ਲੱਗੇ ਮਾਸਿਕ ਧਰਮ ਆਉਣ ਲੱਪਿਆ ਉਹ ਬੱਚੀ ਸਬਰੀਮਾਲਾ ਮੰਦਿਰ ਨਹੀਂ ਜਾ ਸਕਦੀ ਆਖੇ ਭਗਵਾਨ ਭਿੱਟਿਆ ਜਾਉ ਸਪਰੀਮ ਕੋਰਟ ਨੇ ਇਸ ਪੱਖਪਾਤ ਦੇ ਖਿਲਾਫ ਫੈਸਲਾ ਲੈਂਦਾ ਤੇ ਅੱਜ ਵੀ 8-9 ਮਹੀਨੇ ਹੋ ਗਏ ਸਬਰੀਮਾਲਾ ਮਾਮਲੇ ਚ ਸੁਪਰੀਮ ਕੋਰਟ ਦੇ ਫੈਸਲੇ ਆਏ ਨੂੰ ਪਰ ਕਟੜ ਹਿੰਦੂਤਵੀ ਬ੍ਰਾਹਮਣਵਾਦੀ ਮਨੁਵਾਦੀ ਸੋਚ ਉਹ ਫੈਸਲਾ ਨਹੀਂ ਲਾਗੂ ਕਰਨ ਦੇ ਰਹੀ ਬੀਬੀਆਂ ਜਾ ਕੇ ਵਿਖਾਉਣ ਅਗਲੇ ਕੱਪੜੇ ਪਾੜ ਦੇਣਗੇ ਕੁੱਟ-ਕੁੱਟ ਕੇ ਫੋਰ ਤੇ ਹੋਰ ਦੇਸ਼ ਨੂੰ ਚਲਾਉਣ ਵਾਲੀ ਸਭ ਤੋਂ ਵੱਡੀ ਪਾਰਟੀ ਪ੍ਰਧਾਨ ਮੰਤਰੀ ਮੋਦੀ ਸਾਹਿਬ ਖੁਦ ਕਹਿੰਦੇ ਅਸੀਂ ਇਸ ਫੈਸਲੇ ਦੇ ਖਿਲਾਫ ਬਿੱਲ ਲਿਆਵਾਂਗੇ ਸਪਰੀਮ ਕੋਰਟ ਦਾ ਫੈਸਲਾ ਅਸੀਂ ਰਿਜੈਕਟ ਕਰਾਂਗੇ ਭਾਈ ਹੁਣ ਤੁਸੀਂ ਸੰਵਿਧਾਨ ਦੀਆਂ ਧੱਜੀਆਂ ੜਾ ਰਹੇ ਹੋ ਸੰਵਿਧਾਨ ਦਾ અપਮਾਨ ਕਰ ਰਹੇ ਹੋ ਕੰਟੈਂਪਟ ਆਫ ਕੋਰਟ ਕਰ ਰਹੇ ਹੋ ਤੁਸੀਂ ਇਹ ਆਪਣੇ ਚੋਣ ਮੈਨੀਫੈਸਟੋ ਵਿੱਚ ਲਿਆਂਦਾ ਕਿ ਅਸੀਂ ਸਬਰੀਮਾਲਾ ਮਾਮਲੇ ਦੇ ਵਿੱਚ ਔਰਤਾਂ ਨੂੰ ਜਿਹੜਾ ਹੱਕ ਸੁਪਰੀਮ ਕੋਰਟ ਨੇ ਦਿੱਤਾ ਅਸੀਂ ਉਹ ਹੱਕ ਦੀ ਵਿਰੋਧ ਕਰਦੇ ਅਸੀਂ ਉਹ ਫੈਸਲਾ ਲਾਗੂ ਨਹੀਂ ਹੋਣ ਦੇਣਾ ਅੱਜ ਵੀ ਨਹੀਂ ਕੋਈ ਬੀਬੀ ਜਾ ਸਕਦੀ ਉਹ ਤੁਹਾਡਾ ਦੇਸ਼த்ਰੋਹੀ ਨਹੀਂ ਜੇ ਤੁਸੀਂ ਸੰਵਿਧਾਨ ਜਿਹੜਾ ਦੇਸ਼ ਦਾ ਸਭ ਤੋਂ ਵੱਡਾ ਧਾਰਮਿਕ ਗ੍ਰੰਥ ਮੈਂ ਮੰਨਦਾ ਹੁੰਦਾ ਹੈ ਸੰਵਿਧਾਨ ਜਿਹੜਾ ਸਾਡੇ ਧਾਰਮਿਕ ਗ੍ਰੰਥਾਂ ਤੋਂ ਵੀ ਉੱਪਰ ਹੈ ਤਿੰਨ ਤਲਾਕ ਦਾ ਮੁੱਦਾ ਸੀ ਇਸਲਾਮ ਦੇ ਵਿੱਚ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਤਿੰਨ ਤਲਾਕ ਬਿਲ ਹਾਲਾਂਕਿ ਉਹਨਾਂ ਦਾ ਧਾਰਮਿਕ ਮਸਲਾ ਸੀ ਮਤਲਬ ਮੁਸਲਮਾਨਾਂ ਦੇ ਸੰਵਿਧਾਨ ਤੋਂ ਉੱਪਰ ਭਾਰਤ ਦਾ ਸੰਵਿਧਾਨ ਹੋ ਗਿਆ ਫਿਰ ਕੀ ਹਿੰਦੂਆਂ ਦੇ ਧਾਰਮਿਕ ਗ੍ਰੰਥਾਂ ਤੋਂ ਉੱਪਰ ਸੁਪਰੀਮ ਕੋਰਟ ਦਾ ਫੈਸਲਾ ਜਿਹੜਾ ਆਇਆ ਇਹ ਕਿਉਂ ਨਹੀਂ ਲਾਗੂ ਹੁੰਦਾ ਉਥੇ ਤੁਸੀਂ ਦੇਸ਼த்ਰੋਹੀ ਨਹੀਂ ਹੋ ਜੇ ਉਹ ਤਿੰਨ ਤਲਾਕ ਦਿੰਦੇ ਨੇ ਤੇ ਉਹ ਦੇਸ਼த்ਰੋਹੀ ਹੋਗੇ ਤੁਸੀਂ ਆਪਣੀ ਔਰਤਾਂ ਨੂੰ ਆਗਿਆ ਨਹੀਂ ਦੇ ਰਹੇ ਮੰਦਰ ਚ ਜਾਣ ਦੀ ਦੂਜਿਆਂ ਦੀਆਂ ਔਰਤਾਂ ਦਾ ਤੁਸੀਂ ਫਿਕਰ ਕਰਦੇ ਹੋ ਕਿ ਉਹਨਾਂ ਨਾਲ ਅਨਿਆਂ ਹੋ ਰਿਹਾ ਮੋਦੀ ਸਾਹਿਬ ਤੁਸੀਂ ਆਪਣੀ ਵਾਈਫ ਨੂੰ ਉਹਦਾ ਰਾਈਟ ਨਹੀਂ ਦੱਸ ਰਹੇ ਉਹਨੇ ਆਰਟੀਆਈ ਪਾਈ ਹੋਈ ਆ ਕਿ ਮੈਨੂੰ ਦੱਸੇ ਕਿ ਪ੍ਰਾਈਮ ਮਿਨਿਸਟਰ ਦੀ ਵਾਈਫ ਦੇ ਕੀ ਰਾਈਟ ਨੇ ਕੀ ਉਹਦੇ ਰਾਈਟ ਨਹੀਂ ਹੈਗੇ ਆਪਣੀ ਵਾਰੀ ਨੂੰ ਸੰਵਿਧਾਨ ਉੱਪਰ ਹੈ ਜਦੋਂ ਤੁਹਾਡੇ ਤੇ ਲਾਗੂ ਹੁੰਦਾ ਫਿਰ ਸੰਵਿਧਾਨ ਅਸੀਂ ਲਾਗੂ ਨਹੀਂ ਹੋਣ ਦੇਣਾ ਇਹ ਫਿਰ ਹਦੇਸ਼ਤਰ ਹੋਈ ਹੈ ਫਿਰ ਤੁਸੀਂ ਹਰਾਮਜਾਦੇ ਹੋ ਤੇ ਬਾਕੀ ਦੇ ਹਰਾਮਜਾਦੇ ਨੇ ਇਹ ਡਬਲ ਸਟੈਂਡਰਡ ਕਿਉਂ ਮੋਦੀ ਸਾਹਿਬ ਦੱਸੇ ਕੋਈ ਆਰਐਸਐਸ ਵਾਲਾ ਦੱਸੇ ਕੋਈ ਹਿੰਦੂ ਤਵੀ ਆ ਕੇ ਕੋਲਾ ਖੋਲੀਆਂ ਨੇ ਕਿ ਕਿਉਂ ਸਬਰੀਮਾਲਾ ਦਾ ਤੁਸੀਂ ਲਾਗੂ ਨਹੀਂ ਕਰਦੇ ਰਹੇ ਭਾਈ ਉੱਥੇ ਕੋਈ ਮੁਸਲਮ ਜਾਂ ਸਿੱਖ ਨਹੀਂ ਜਾ ਰਹੀ ਤੁਹਾਡੀਆਂ ਹੀ ਸਤਕਾਰਤ ਬੀਬੀਆਂ ਜਾ ਰਹੀਆਂ ਨੇ ਕਿੰਨੇ ਮੰਦਰ ਨੇ ਆ ਲక్ష్ਮੀ ਕੰਤਾ ਚਾਵਲਾ ਸੀ ਬਾਬਾ ਬਾਲਕਨਾਥ ਮੰਦਰ ਤੇ ਗਈ ਪੁਜਾਰੀ ਕਹਿੰਦਾ ਨਹੀਂ ਜਾਣ ਦੇਣਾ ਮੰਦਰ ਭਟਿਆ ਜਾਓ ਬੀਬੀ ਨੇ 35 ਰੁਪਏ ਵਾਪਸ ਮੰਗਲੇ ਪੁਜਾਰੀ ਤੋਂ ਇਹ ਜ਼ਰੂਰਤ ਹੈ ਉਹਦੀ ਭਾਵੇਂ ਕਿ ਆਰਐਸਐਸ ਦੀ ਉਹ ਵੀ ਵੱਡੀ ਵਰਕਰ ਹੈ ਉਹ ਕਹਿੰਦੀ 35 ਰੁਪਏ ਮੇਰੇ ਵਾਪਸ ਲਿਆ ਆ ਫੜ ਆਪਣਾ ਫੁੱਲੀਆ ਵਾਲਾ ਪ੍ਰਸ਼ਾਦ ਮੈਂ ਨਹੀਂ ਤੇਰੇ ਬਾਬੇ ਬੂਬੇ ਨੂੰ ਮੰਨਦੀ ਥਾਣੇ ਸਰ ਕੁਰਖੇਤਰ ਦੇ ਵਿੱਚ ਇੱਕ ਵੀ ਇੱਕ ਮੰਦਿਰ ਹੈ ਉੱਥੇ ਵੀ ਲਿਖ ਕੇ ਲਾਇਆ ਹੋਇਆ ਕਿ ਔਰਤਾਂ ਨਹੀਂ ਜਾ ਸਕਦੀਆਂ ਉਹਨੇ ਖੱਟੜ ਸਰਕਾਰ ਦੀ ਵੀ ਲੋਚਨਾ ਕੀਤੀ ਇੰਡੀਆ 'ਚ ਕਿੰਨੇ ਮੰਦਿਰ ਨੇ ਜਿੱਥੇ ਔਰਤਾਂ ਨੂੰ ਬੈਨ ਕੀਤਾ ਹੋਇਆ ਹੁਣ ਇੱਕ ਹੋਰ ਪਟੀਸ਼ਨ ਆ ਗਈ ਹੈ ਕਿ ਮਸਜਿਦ ਦੇ ਵਿੱਚ ਮੁਸਲਮਾਨ ਔਰਤਾਂ ਨੂੰ ਜਾਣ ਦੀ ਆਗਿਆ ਦਿੱਤੀ ਜਾਵੇ ਉਹ ਵੀ ਇਹਨਾਂ ਨੇ ਲਾਗੂ ਕਰਾ ਦੇਣਾ ਪਰ ਆਪਣਾ ਜਿਹੜਾ ਹੂੜਪਣਾ ਹੈ ਜਿੱਥੇ ਆਪਣੇ ਸਬਰੀਮਾਲਾ ਚ ਔਰਤਾਂ ਨੂੰ ਬੈਨ ਕੀਤਾ ਹੋਇਆ ਸੁਪਰੀਮ ਕੋਰਟ ਨੇ ਆਗਿਆ ਦਿੱਤੀ ਉਹਦੀਆਂ ਇਹ ਧਜੀਆਂ ੜਾ ਰਹੇ ਨੇ ਉਦਾਂ ਅਸੀਂ ਭਾਰਤ ਵਰਸ਼ੀ ਐ ਉਦਾਂ ਅਸੀਂ ਰਾਮਜਾਦੇ ਆ ਤੁਸੀਂ ਹੋਨਰੋ ਸਰ ਹਲੋ ਸਰ ਇੱਕ ਬ੍ਰੇਕ ਲੈਣੇ ਇਹ ਡਿਸਕ੍ਰਿਮੀਨੇਸ਼ਨ ਇਹ ਪੱਖਪਾਤ ਕਿਉਂ ਹੋ ਰਹੇ ਨੇ ਹੁਣ ਅਨਿਲ ਵਿਜ ਨੇ ਨਵਜੋਤ ਸਿੰਘ ਸਿੱਧੂ ਨੂੰ ਕਿਉਂ ਭੰਡਿਆ ਕਿ ਇਹ ਪਾਕਿਸਤਾਨ ਦੀ ਤਾਰੀਫ ਕਰਦਾ ਸੰਬਤ ਪਾਤਰਾ ਨੇ ਭੰਡਿਆ ਕਿ ਸੋਨੀਆ ਨੂੰ ਮਾਫੀ ਮੰਗਣੀ ਚਾਹੀਦੀ ਹੈ ਇਹ ਕਿਉਂ ਗੁਰਨਾਨਕ ਦੇ ਫਲਸਫੇ ਤੋਂ ਅਸੀਂ ਕੀ ਸਿੱਖਿਆ ਤੇ ਕੀ ਗੁਆਇਆ ਇਸ ਦੇ ਬਾਰੇ ਇਸ ਵਕਫੇ ਤੋਂ ਬਾਅਦ ਚਰਚਾ ਕਰਾਂਗੇ ਫੋਨ ਨੰਬਰ 0175 5156 ਪਟਿਆਲਾ ਦਾ ਕੋਡ ਹੈ 201 321 85 ਅਮਰੀਕਾ ਦਾ ਨੰਬਰ ਹੈ ਇਸ ਵਕਫੇ ਤੋਂ ਬਾਅਦ ਮਿਲਦੇ ਹਾਂ ਹੈਲੋ ਗਲੋਬਲ ਪੰਜਾਬ ਪ੍ਰੋਗਰਾਮ ਦੇ ਦਾਣਿਸ਼ਪੰਨ ਦਰਸ਼ਕਾਂ ਦਾ ਇਸ ਵਕਫੇ ਤੋਂ ਬਾਅਦ ਪਰਮਿੰਦਰ ਸਿੰਘ ਟਿਵਾਣਾ ਵੱਲੋਂ ਸਵਾਗਤ ਹੈ ਗਲੋਲ ਪੰਜਾਬ ਟੈਲੀਵਿਜ਼ਨ ਦਾ ਪ੍ਰੋਗਰਾਮ ਦੇਖਣ ਦੇ ਵਾਸਤੇ ਤੁਸੀਂ ਗਲੋਬਲ ਪੰਜਾਬ ਦੀ ਐਪ Android ਰੋਕੋ ਤੋਂ ਜਰੂਰ ਡਾਊਨਲੋਡ ਕਰੋ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਦੱਸੋ ਖਾਸ ਕਰਕੇ ਜਿਹੜੇ ਲੋਕ ਇੰਨੇ ਦਿਨੇ ਇੰਡੀਆ ਆਉਂਦੇ ਨੇ ਇੰਡੀਆ ਦੇ ਵਿੱਚ ਆਪਾਂ ਵੇਖਦੇ ਹਾਂ ਕਿ ਮੀਡੀਏ ਦਾ ਕੀ ਹਾਲ ਹੈ ਵੱਡੇ ਵੱਡੇ ਕਾਰੋਬਾਰੀ ਲੋਕਾਂ ਦੇ ਮੀਡੀਏ ਨੇ ਆਮ ਲੋਕਾਂ ਦੀ ਗੱਲ ਦਬ ਜਾਂਦੀ ਹੈ ਜੇ ਤੁਸੀਂ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਪਸੰਦ ਕਰਦੇ ਹੋ ਤਾਂ ਤੁਹਾਨੂੰ ਗੁਜਾਰਿਸ਼ ਹੈ ਕਿ ਤੁਸੀਂ ਇੰਡੀਆ ਵਾਲੇ ਆਪਣੇ ਜਿਹੜੇ ਸੱਜਣ ਜਿਨ੍ਹਾਂ ਨੂੰ ਤੁਸੀਂ ਸੈੱਲ ਫੋਨ ਗਿਫਟ ਕਰਦੇ ਹੋ ਜਾਂ ਆਉਂਦੇ ਜਾਂਦੇ ਹੋ ਤਾਂ ਘਟੋ ਘਟ ਉਹਨਾਂ ਨੂੰ ਇਹਨਾਂ ਐਪਸ ਬਾਰੇ ਸਾਡੀ ਐਪਸ ਬਾਰੇ ਜਰੂਰ ਦੱਸੋ ਸਾਡੇ ਜਿਹੜੇ ਵੈਬ ਲਿੰਕ ਨੇ ਉਹਨਾਂ ਬਾਰੇ ਜਰੂਰ ਦੱਸੋ ਇਹ ਨਹੀਂ ਕਿ ਜੇ ਸਾਡੇ ਪਸੰਦ ਨੇ ਤਾਂ ਵੀ ਜੇ ਕੋਈ ਹੋਰ ਪਸੰਦ ਹੈ ਦੱਸੋ ਕਿਉਂਕਿ ਮੀਡੀਏ ਤੇ ਵੀ ਆਣਾ ਲਾਨੀ ਐਮਰਜੈਂਸੀ ਆ ਵੱਡੇ ਆਦਾਰਿਆਂ ਨੇ ਕਾਰੋਬਾਰੀਆਂ ਨੇ ਲੋਕਾਂ ਦੀ ਆਵਾਜ਼ ਨੂੰ ਬੰਦ ਕਰ ਰੱਖਿਆ ਲੋਕਾਂ ਨੂੰ ਕਦੇ ਇੰਦਰਾ ਐਮਰਜੈਂਸੀ ਲਾਉਂਦੀ ਹੈ ਕਦੇ ਮੋਦੀ ਸਾਹਿਬ ਦਾ ਗੋਦੀ ਮੀਡੀਆ ਆਣਾ ਲਾਨੀ ਐਮਰਜੈਂਸੀ ਲਾਉਂਦਾ ਹੈ ਕਦੇ ਪੰਜਾਬ ਦੇ ਪੰਥਕ ਲੀਡਰਾਂ ਦੇ ਕੇਵਲ ਨੈਟਵਰਕ ਇਹਨਾਂ ਤੇ ਅਣਅਲਾਨੀ ਐਮਰਜੈਂਸੀ ਲਾਉਂਦੇ ਨੇ ਅੱਜ ਕੱਲ੍ਹ ਆਨਲਾਈਨ ਦਾ ਜ਼ਮਾਨਾ ਸੋ ਆਨਲਾਈਨ ਜਿਹੜਾ ਵੀ ਪ੍ਰੋਗਰਾਮ ਤੁਹਾਨੂੰ ਅੱਛਾ ਲੱਗਦਾ ਜਰੂਰ ਸੁਣਨਾ ਚਾਹੀਦਾ ਇਸ ਤੇ ਕਿਸੇ ਕਿਸਮ ਦੀ ਅਜੇ ਸਰਕਾਰੀ ਸੈਂਸਰਸ਼ਿਪ ਤੋਂ ਰਾਹਤ ਹੈ ਉਸ ਦਾ ਸਾਇਆ ਇਸ ਤੇ ਨਹੀਂ ਹੈ ਉਸ ਦਾ ਦਬਕਾ ਨਹੀਂ ਹੈ ਦਬਦਬਾ ਨਹੀਂ ਹੈ ਇਸੇ ਕਰਕੇ ਜਿਹਨੇ ਵੀ ਐਨ ਆਰ ਆਈ ਸੱਜਣਾ ਆ ਰਹੇ ਨੇ ਜਾਂ ਆਪਣੇ ਪਰਿਵਾਰਾਂ ਨਾਲ ਜਿਨ੍ਹਾਂ ਦਾ ਇੰਡੀਆ 'ਚ ਸੰਬੰਧ ਹੈ ਜਰੂਰ ਉਹਨਾਂ ਨੂੰ ਐਨ ਆਰ ਆਈ ਮੀਡੀਆ ਸਾਡੇ ਇਸ ਮੰਚ ਬਾਰੇ ਗਲੋਬਲ ਪੰਜਾਬ ਚੈਨਲ ਪੰਜਾਬੀ ਡੀ ਫਾਈਬਰੇ ਜਰੂਰ ਦੱਸੋ ਕੋਈ ਹੋਰ ਵੀ ਤੁਹਾਨੂੰ ਐਨਆਰਆਈ ਮੀਡੀਆ ਅੱਛਾ ਲੱਗਦਾ ਜ਼ਰੂਰ ਉਹਦੇ ਬਾਰੇ ਦੱਸੋ ਇੰਨਾ ਸੀ ਬੌਂਡ ਨਹੀਂ ਕਿ ਸਿਰਫ ਸਾਡੇ ਵਾਲੇ ਤਾਂ ਜੋ ਘਟੋ ਘਟ ਲੋਕ ਆਪਣੇ ਹਕੂਕ ਪ੍ਰਤੀ ਜਾਗਰੂਕ ਹੋਣ ਸੋ ਇਹ ਗੁਜਾਰਸ਼ ਹੈ ਦੂਸਰਾ ਚੈਨਲ ਪੰਜਾਬੀ ਨੂੰ ਕਨੇਡਾ ਭਰ ਦੇ ਵਿੱਚ ਤੁਸੀਂ ਵੇਖਣਾ ਤਾਂ ਕੇਵਲ ਨੈਟਵਰਕ ਰੌਜ਼ਰ ਬੈਲ ਸ਼ਾਹ ਤੇ ਟਲਸ ਦੇ ਸਵਾਵਾਂ ਲੈ ਸਕਦੇ ਹੋ ਇਸ ਪ੍ਰੋਮ ਦਾ ਰਿਪੀਟ ਵੇਖਣਾ ਤਾਂ ਤੁਸੀਂ YouTube ਤੇ ਜਾ ਕੇ ਚੈਨਲ ਪੰਜਾਬੀ ਦੇ ਨਾਂ ਤੇ YouTube ਪੇਜ ਬਣਿਆ ਹੋਇਆ ਇਸ ਪ੍ਰੋਮ ਦੇ ਵਿੱਚ ਗੱਲਬਾਤ ਕਰ ਰਹੀ ਹੈ ਫੋਨ ਨੰਬਰ ਪਟਿਆਲਾ ਸਟੂਡੀਓ ਦਾ ਗਲੋਲ ਪੰਜਾਬ ਦਾ 0175 5156 0175500156 ਅਮਰੀਕਾ ਦਾ ਆਪਣਾ ਨੰਬਰ ਹੈ 201 32185 ਇੱਕ ਖੁਸ਼ਖਬਰੀ ਦੇਦੀ ਬਹੁਤ ਸਾਰੇ ਸੱਜਣ ਅਕਸਰ ਕਹਿੰਦੇ ਸੀ 프롬 ਦਾ ਸਮਾ ਵਿਦਾ ਜਾਵੇ ਸੋ ਉਸ ਮੁਤਾਬਕ ਸਾਡੇ ਵੱਲੋਂ ਇੱਕ ਹੋਰ ਨਿੱਕੀ ਜੀ ਨਹੀਂ ਵੱਡੀ ਕੋਸ਼ਿਸ਼ ਹੋ ਰਹੀ ਹੈ ਇਸੇ ਤਰ੍ਹਾਂ ਦਾ ਇੱਕ ਸੇਮ ਸ਼ੋ ਅਸੀਂ ਲੈ ਕੇ ਆ ਰਹੇ ਹਾਂ ਜਿਹੜਾ ਮੈਂ ਹੀ ਹੋਸਟ ਕਰਿਆ ਕਰਾਂਗਾ ਭਾਰਤੀ ਸਮੇਂ ਮੁਤਾਬਕ ਰਾਤ ਨੂੰ 8 ਵਜੇ ਤੋਂ ਲੈ ਕੇ 9 ਵਜੇ ਤੱਕ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਇਹ ਸਵੇਰ ਦਾ ਵਕਤ ਹੋਇਆ ਕਰੇਗਾ ਸੋ ਇਸੇ ਤਰ੍ਹਾਂ ਦਾ ਟਾਕ ਸ਼ੋ ਜਿਸ ਦੇ ਵਿੱਚ ਜਨਤਾ ਆਪਣੀ ਗੱਲ ਕਰ ਸਕੇ ਉਹ ਅਸੀਂ ਸ਼ੋ ਇਸ ਹਫਤੇ ਦੇ ਵਿੱਚ ਜਰੂਰ ਸਟਾਰਟ ਕਰ ਦਵਾਂਗੇ ਮੈਨੂੰ ਉਮੀਦ ਹੈ ਟੈਕਨੀਕਲੀ ਕੁਝ ਚੀਜ਼ਾਂ ਹੈਗੀਆਂ ਨੇ ਸੋ ਇਸ ਕਰਕੇ ਤੁਸੀਂ ਜੁੜਨਾ ਆਪਣੇ ਦੋਸਤਾਂ ਮਿੱਤਰਾਂ ਨੂੰ ਦੱਸਣਾ ਸ਼ਾਮ ਨੂੰ ਇਧਰ ਵੀ ਰਜਾਈਆਂ 'ਚ ਬੈਠੇ ਹੁੰਦੇ ਆ ਲੋਕ 8 ਤੋਂ 9 ਰਾਤੀ ਤੇ ਉਧਰ ਵੀ ਰਜਾਈਆਂ 'ਚ ਬੈਠੇ ਹੁੰਦੇ ਆ ਠੀਕ ਹੈ ਕੁਝ ਇੱਕ ਪੰਜਾਬੀ ਚੈਨਲਾਂ ਤੇ ਡਿਬੇਟ ਹੁੰਦੀ ਹੈ ਫਰਵ ਡਿਬੇਟ ਉਹੀ ਹੈ ਕਿ ਤੂੰ ਮੈਨੂੰ ਅੱਲਾ ਕੇ ਮੈਂ ਤੈਨੂੰ ਕਾਜ਼ੀ ਆਖਾਂ ਤੂੰ ਮੇਰੀ ਪਿੱਠ ਖੁਰਕ ਮੈਂ ਤੇਰੀ ਪਿੱਠ ਖੁਰਕਾਂ ਸੋ ਉਸ ਤਰ੍ਹਾਂ ਦੀ ਅਸੀਂ ਪਬਲਿਕਲੀ ਕਾਲਸ ਖੋਲਾਂਗੇ ਐਕਸਪਰਟ ਵੀ ਰੱਖਾਂਗੇ ਨਾਲ ਪਬਲਿਕ ਕੀ ਸੋਚਦੀ ਹੈ ਕਿਸੇ ਮੁੱਦੇ ਤੇ ਇਸ ਕਰਕੇ ਓਪਨ ਟਾਕ ਸ਼ੋ ਹੋਇਆ ਕਰੇਗਾ ਭਾਰਤੀ ਸਮਾਰਤ 8 ਵਜੇ ਤੋਂ ਲੈ ਕੇ 9 ਵਜੇ ਤੱਕ ਅੱਜ ਦਾ ਮੁੱਦਾ ਹੈ ਕਰਤਾਰਪੁਰ ਕਾਰਿਡੋਰ ਦਾ ਖੁੱਲਣਾ ਗੁਰੂ ਨਾਨਕ ਸਾਹਿਬ ਦੇ 550 ਸਾਲਾਂ ਤੋਂ ਅਸੀਂ ਕੀ ਹਾਸਲ ਕੀਤਾ ਗੁਰਨਾਨਕ ਫਲਸਫੇ ਤੋਂ ਅਸੀਂ ਕੀ ਸਿੱਖਿਆ ਤੇ ਕੀ ਨਹੀਂ ਸਿੱਖਿਆ ਤੇ ਨਵਜੋਤ ਸਿੰਘ ਸਿੱਧੂ ਨੂੰ ਬੀਜਪੀ ਵਜਾ ਬਿਨਾ ਵਜਾ ਕਿਉਂ ਕਹਿ ਰਹੀ ਹੈ ਆਪ ਦਾ ਸਵਾਗਤ ਸਰ ਤੁਸੀਂ ਆਨਰ ਹੋ ਹੈਲੋ ਸਵਾਗਤ ਭਾਈ ਜੀ ਹੈਲੋ ਰਾਜਸਥਾਨ ਤੋਂ ਜਸਵੀਰ ਬੋਲਦਾ ਜੀ ਹਾਂ ਜੀ ਜਸਵੀਰ ਜੀ ਕੀ ਹਾਲ ਚਾਲ ਹੈ ਕੀ ਕਹਿਣਾ ਚਾਹੁੰਦੇ ਹੋ ਠੀਕ ਠੀਕ ਜੀ ਇੱਕ ਤਾਂ ਗੁਰਪਰਬ ਦੀਆਂ ਵਧਾਈਆਂ ਓਟ ਲੈਣਾ ਜੀ ਸੋਨੂੰ ਤੇ ਤੁਹਾਡੇ ਚੈਨਲ ਨੂੰ ਤੁਹਾਨੂੰ ਵੀ ਜੀ ਬਹੁਤ-ਬਹੁਤ ਸਾਰੀ ਸੰਗਤ ਨੂੰ ਵਧਾਈਆਂ ਹਾਂ ਜੀ ਸਾਰੇ ਡਾਂਸਰਾਂ ਸ੍ਰੋਤਾਂ ਸਾਰਿਆਂ ਨੂੰ ਗੁਰਪਰਬ ਦੀਆਂ ਵਧਾਈਆਂ ਬਹੁਤ-ਬਹੁਤ ਜੀ ਮਿਹਰਬਾਨੀ ਮਿਹਰਬਾਨੀ ਹਾਂਜੀ ਥੈਂਕ ਯੂ ਤੇ ਟਵੈਣਾ ਜੀ ਮੈਂ ਤੇ ਮੈਂ ਤਾਂ ਟਵੈਣਾ ਜੀ ਇਹੀ ਕਹੂੰਗਾ ਵੀ ਬਹੁਤ ਹੀ ਖੁਸ਼ੀ ਦਾ ਇਹ ਦਿਹਾੜਾ ਆਇਆ ਐ ਕਿ ਜਿਹੜਾ ਗੁਰਬਰਪ ਆਇਆ ਹੈ ਕੋਰੀਡੋਰ ਖੁੱਲਿਆ ਹੂੰ ਹੂੰ ਤੇ ਸੰਗਤ ਨੂੰ ਦੂਰੀਆਂ ਦੂਰੀਆਂ ਵਧਾਈਆਂ ਇਹ ਗੁਰਪਰਪ ਉਦੋਂ ਕੋਰੀਡੋਰ ਖੁੱਲ ਗਿਆ ਸੰਗਤਾਂ ਨੂੰ ਦਰਸ਼ਨ ਕਰਨ ਦਾ ਮੌਕਾ ਮਿਲੂਗਾ ਜੀ ਜੀ ਤੇ ਹੋਰ ਬਸ ਸਾਰੇ ਭੋਗਿਆ ਨੂੰ ਤੇ ਤੁਹਾਨੂੰ ਅੱਛਾ ਤੁਹਾਡੀ ਆਵਾਜ਼ ਬਹੁਤ ਸਾਫ਼ ਆ ਰਹੀ ਹੈ ਤੁਹਾਡੀ ਆਵਾਜ਼ ਬਹੁਤ ਸਾਫ਼ ਆ ਰਹੀ ਹੈ ਤੁਹਾਡੀ ਆਵਾਜ਼ ਬਹੁਤ ਸਾਫ਼ ਆ ਰਹੀ ਹੈ ਮਤਲਬ ਕਮਾਲ ਹੀ ਹੈ ਪਤਾ ਨਹੀਂ ਕਿਹੜਾ ਤੁਹਾਡੇ ਕੋਲ ਸੈੱਲ ਫੋਨ ਹੈ ਕਿਹੜਾ ਕੇਬਲ ਨੈਟਵਰਕ ਹੈ ਕਿੰਨੀ ਉੱਚੀ ਜਗ੍ਹਾ ਬੈਠੇ ਹੋ ਇਹ ਨਹੀਂ ਪਤਾ ਪਰ ਆਵਾਜ਼ ਬਹੁਤ ਸਾਫ਼ ਆ ਰਹੀ ਹੈ ਨਹੀਂ ਚਲੋ ਬਹੁਤ ਬਹੁਤ ਚੰਗੀ ਗੱਲ ਅਕਲਾਣਾ ਜੀ ਨਾ ਇਹ ਨਾ ਪਹਿਲਾਂ ਮੈਂ ਸੈੱਲ ਜਿਹੜਾ Jio ਦਾ ਤੋਂ ਫੋਨ ਕਰਦਾ ਹੁੰਦਾ ਸੀ ਅੱਜ ਉਹਦਾ ਥੋੜੀ ਜਿਹੀ ਪ੍ਰੋਬਲਮ ਹੈ ਇਸ ਕਰਕੇ ਮੈਂ ਇੱਕ ਸਾਡੇ BSNL ਦਾ ਸੈੱਲ ਫੋਨ ਆ ਉਹ ਤੋਂ ਕਾਲ ਕਰ ਰਿਹਾ ਹਾਂ ਹਾਂ ਰੇਲयंस ਵਾਲਾ ਤਾਂ Jio Jio ਹੀ ਹੈ ਥੈਂਕ ਯੂ ਹਾਂਜੀ ਹਾਂਜੀ ਸੌਦਾ ਵੇਚਦੇ ਆਗਰੇ ਥੈਂਕ ਯੂ ਮਿਹਰਬਾਨੀ ਜਸਵੀਰ ਸਿੰਘ ਜੀ ਮਿਹਰਬਾਨੀ ਓਕੇ ਓਕੇ ਟਵਣਾ ਜੀ ਥੈਂਕ ਯੂ ਦੂਸਰਾ ਜੋ ਮੈਂ ਵੇਖਦਾ ਕਿ ਅੱਜ ਵੀ ਮੈਂ ਵੇਖਿਆ ਦੋਖਨਵਰਨ ਸਾਹਿਬ ਦੇ ਲਾਗੇ ਇੰਨਾ ਇਕੱਠ ਸੀ ਸੰਗਤਾਂ ਦਾ ਸੜਕਾਂ ਤੇ ਇੰਨੀ ਭੀੜ ਸੀ ਢੋਨੇ ਖਿਲ ਰਿਆ ਦੂਰੇ ਦੂਰੇ ਲੰਗਰ ਲੱਗੇ ਆ ਅਸੀਂ ਸਿਰਫ ਗੁਰੂ ਨਾਨਕ ਸਾਹਿਬ ਦੇ ਜਾਂ ਇਹਨਾਂ ਪ੍ਰਕਾਸ਼ ਪਰਵਾਂ ਨੂੰ ਲੰਗਰਾਂ ਤੱਕ ਹੀ ਸੀਮਤ ਕਰ ਲਿਆ ਖਾਣ ਪੀਣ ਤੱਕ ਹੀ ਸੀਮਤ ਕਿਉਂ ਕਰ ਲਿਆ ਸਲੀਕਾ ਸੰਜੀਦਗੀ ਅਸੀਂ ਛੱਡ ਦਿੱਤੀ ਐ ਸੜਕਾਂ ਤੇ ਜਾਮ ਲੱਗਿਆ ਬੁਰਾ ਹਾਲ ਵੋਂਕੇ ਦਿਹਾੜੇ ਨੇ ਜਾਮ ਬਿਨਾਵਜਾ ਲਾਇਆ ਹੋਇਆ ਮਲਕ ਭਾਗੋ ਕਿਸਮ ਦੇ ਕੁਝ ਸ਼ਲੋਕ ਨੇ ਉਹ ਦਿਨ ਭਰ ਲੁੱਟਦੇ ਰਹਿੰਦੇ ਨੇ ਤੇ ਫਿਰ ਉਹਦੇ ਵਿੱਚੋਂ ਦਸਵਾਂ ਦਸੌਂਦ ਕੱਟਣ ਦੇ ਚੱਕਰ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਪਖੰਡ ਵੀ ਰਚਦੇ ਨੇ ਹੁਣ ਲੋਗਾ ਨੂੰ ਬਹੁਤ ਸਮੱਸਿਆ ਇਸ ਦੇ ਵਿੱਚ ਆਉਂਦੀ ਹੈ ਇਹ ਠੀਕ ਹੈ ਕਿ ਲੰਗਰ ਲੋੜਵੰਦ ਦੇ ਵਾਸਤੇ ਹੋਣਾ ਚਾਹੀਦਾ ਪਰ ਲੰਗਰ ਦੇ ਨਾਂ ਤੇ ਭੁੱਖਿਆਂ ਨੂੰ ਤਰਸਾਉਣ ਤੇ ਰੱਜਿਆਂ ਨੂੰ ਰਜਾਉਣ ਵੀ ਸਿਆਣਪ ਨਹੀਂ ਜੇ ਤੁਸੀਂ ਆਪਣੀ ਪਾਪ ਦੀ ਕਮਾਈ ਕਰਕੇ ਜਿਵੇਂ ਪਾਪਾਂ ਬਾਜ ਨਾ ਇਕੱਠੀ ਹੁੰਦੀ ਮੋਇਆਂ ਸਾਥ ਨਾ ਜਾਏ ਇਸ ਤਰ੍ਹਾਂ ਦੀ ਮਾਇਆ ਇਕੱਠੀ ਕਰਕੇ ਚੰਦ ਪੈਸਿਆਂ ਦਾ ਲੰਗਰ ਲਾ ਦੰਦੇ ਹੋ ਤਾਂ ਇਹ ਮਲਕ ਭਾਗੋ ਤੁਹਾਡੇ ਛੁਪਣੇ ਨਹੀਂ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਇੱਕ ਗਰੀਬ ਜਿਹੜਾ ਖਾ ਨਹੀਂ ਸਕਦਾ ਜਿਹਦਾ ਹਕੂਕ ਉਹਨੂੰ ਨਹੀਂ ਮਿਲ ਰਿਹਾ ਉਹਦੀ ਜੌਬ ਦੇ ਉਹਨੂੰ ਪੈਸੇ ਨਹੀਂ ਮਿਲ ਰਹੇ ਜੇ ਤੁਸੀਂ ਇੱਕ ਦਿਨ ਲੰਗਰ ਲਾ ਕੇ ਕਹੋ ਕਿ ਅਸੀਂ ਦਾਨੀਆਂ ਨਹੀਂ ਉਸ ਦਰਬਾਰ ਦੇ ਵਿੱਚ ਮਲਕ ਭਾਗੋ ਤੇ ਭਾਈ ਲਾ ਲਓ ਸਭ ਦਾ ਨਾਟਾਰਾ ਹੁੰਦਾ ਸਾਨੂੰ ਇਹ ਵੇਖਣਾ ਚਾਹੀਦਾ ਕਿ ਕੀ ਅਸੀਂ ਕਿਸੇ ਦੇ ਹੱਕ ਹਕੂਕ ਤੇ ਡਾਕਾ ਤੇ ਨਹੀਂ ਮਾਰਦੇ ਕਿਸੇ ਦੀ ਜਗ੍ਹਾ ਤੇ ਨਜਾਇਜ਼ ਕਬਜ਼ੇ ਤਾਂ ਨਹੀਂ ਕਰਦੇ ਹੁਣ ਧਾਰਮਿਕ ਸਥਾਨਾਂ ਤੇ ਨਜਾਇਜ਼ ਕਬਜ਼ੇ ਨੇ ਉਹਨਾਂ ਦੀ ਗੋਲਕ ਤੇ ਵੀ ਤੇ ਸਰਕਾਰੀ ਸਥਾਨਾਂ ਤੇ ਵੀ ਜਾਂ ਪ੍ਰਾਈਵੇਟ ਸਥਾਨਾਂ ਤੇ ਵੀ ਧਰਮ ਦੇ ਨਾਂ ਤੇ ਨਜਾਇਜ਼ ਕਬਜ਼ੇ ਹਰ ਧਰਮ ਤਕਰੀਬਨ ਕਰ ਰਿਹਾ ਆਇਸੇ ਦੁਖਨਵਾਰ ਸਾਹਿਬ ਦੀ ਹਿਸਟਰੀ ਤੁਹਾਨੂੰ ਦੱਸੀ ਸੀ ਕਿ ਪੂਰੀ ਦੀ ਪੂਰੀ ਸੜਕ ਹੈ ਜਿਹੜੀ ਦੁਖਨਵਾਰਨ ਸਾਹਿਬ ਦੇ ਨਾਂ ਤੇ ਦੱਬੀ ਹੋਈ ਹੈ ਰੇਲਵੇ ਸਟੇਸ਼ਨ ਤੋਂ ਦੋ ਸੜਕਾਂ ਨਿਕਲਦੀਆਂ ਨੇ ਇੱਕ ਆਉਣ ਦੀ ਤੇ ਇੱਕ ਜਾਣ ਦੀ ਪੂਰੀ ਦੀ ਪੂਰੀ ਸੜਕ ਵੇਖ ਲਓ ਕਿ ਤੁਸੀਂ ਕਿੰਨਾ ਅਲੱਗ ਮਤਲਬ ਡੇਢ ਦੋ ਏਕੜ ਜ਼ਮੀਨ ਹੈ ਜਿਹੜੀ ਗੁਰਦੁਆਰਾ ਦੁੱਖਨਵਾਰ ਨੇ ਨਜਾਇਜ਼ ਦੱਬੀ ਹੋਈ ਹੈ ਇਹ ਨਹੀਂ ਕਿ ਉਹਨਾਂ ਕੋਲ ਜ਼ਮੀਨ ਨਹੀਂ ਜ਼ਮੀਨ ਪਿੱਛੇ ਹੈਗੀ ਹੈ ਬਹੁਤ ਖੁੱਲੀ ਜ਼ਮੀਨ ਹੈ ਪਰ ਪੂਰੀ ਦੀ ਪੂਰੀ ਸੜਕ ਨਿਗਲ ਕੇ ਦੂਸਰੀ ਸੜਕ ਤੱਕ ਕਬਜ਼ਾ ਕੀਤਾ ਹੋਇਆ 1972 ਦੇ ਵਿੱਚ ਗਿਆਨੀ ਜਲ ਸਿੰਘ ਦੇ ਵਕਤ ਹੀ ਕਬਜ਼ਾ ਹੋਇਆ ਇਸੇ ਤਰ੍ਹਾਂ ਆ ਤੁਸੀਂ ਨਦੀ ਤੇ ਆ ਜਾਓ ਉੱਥੇ ਆਕਾਰ ਸੇਵਾ ਵਾਲਿਆਂ ਨੇ ਕਰੋੜਾਂ ਰੁਪਏ ਦੀ ਜ਼ਮੀਨ 2007 ਦੀ ਇਲੈਕਸ਼ਨ ਦੇ ਮੌਕੇ ਸਾਡੇ ਵੇਖਦਿਆਂ ਵੇਖਦਿਆਂ ਦੱਬੀ ਹੈ ਤੁਸੀਂ ਪਟਿਆਲਾ ਚ ਚਲੇ ਜਾਓ ਰਜਿੰਦਰਾ ਟੈਂਕ ਜਿਹੜੀ ਝੀਲ ਸੀ ਉਹਦੀ ਕਰੋੜਾਂ ਦੀ ਪ੍ਰਾਪਰਟੀ ਕਾਲੀ ਦੇਵੀ ਮੰਦਿਰ ਵਾਲਿਆਂ ਨੇ ਦੱਬੀ ਹੈ ਇਹ এনवायरमेंट ਪਾਰਕ ਹੈ ਉਹਦੀ ਕਰੋੜਾਂ ਦੀ ਪ੍ਰਾਪਰਟੀ ਇੱਕ ਸਾਧਨੀ ਨੇ ਮੰਦਿਰ ਦੇ ਨਾਂ ਤੇ ਦੱਬੀ ਹੋਈ ਹੈ ਇਸ ਤਰ੍ਹਾਂ ਦੀਆਂ ਪਤਾ ਨਹੀਂ ਕਿੰਨੀਆਂ ਜ਼ਮੀਨਾਂ ਨੇ ਜਿਹੜੀਆਂ ਵਕ ਵਕ ਧਰਮਾਂ ਨੇ ਕੋਈ ਨੌਗਜਾ ਪੀਰ ਬਣਾਈ ਬੈਠਾ ਕੋਈ ਚਰਚ ਬਣਾਈ ਬੈਠਾ ਇਹ ਵੀ ਨਜਾਇਜ਼ ਕਬਜ਼ੇ ਨੇ ਕਾਲੀ ਬਈ ਤੇ ਨਜਾਇਜ਼ ਕਬਜ਼ੇ ਹੋਏ ਨੇ ਹੁਣ ਸਰਕਾਰ ਨੇ 550 ਸਾਲਾਂ ਤੇ 550 ਸਿੱਖਾਂ ਨੂੰ ਸਨਮਾਨਿਤ ਕਰਨਾ ਹੈ ਬਲਵੀਰ ਸਿੰਘ ਸੀਚੇਵਾਲ ਵਾਤਾਵਰਣ ਪ੍ਰੇਮੀ ਨੇ ਅਵਾਰਡ ਲੈਣੋਂ ਇਨਕਾਰ ਕਰ ਦਿੱਤਾ ਕਿ ਵੇਹੀਂ ਤੇ ਤਾਂ ਨਜਾਇਜ਼ ਕਬਜ਼ੇ ਨੇ ਜਿਹੜਾ ਟ੍ਰੀਟਮੈਂਟ ਪਲਾਂਟ ਦਾ ਕਪੂਰਥਲੇ ਦਾ ਵੇਸਟ ਪਾਣੀ ਤੁਸੀਂ ਵੇਹੀਂ ਚ ਸਿੱਟ ਰਹੇ ਹੋ ਮੱਛੀਆਂ ਮਰ ਰਹੀਆਂ ਨੇ ਆ ਜਿਹੜੇ ਸਰਨੇ ਭਰਾ ਨੇ ਨਾ ਪਾਲਕੀ ਲੈ ਕੇ ਜਾ ਰਹੇ ਨੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ ਇਹਨਾਂ ਦੀ ਧੀ ਦੇ ਪੌਂਟੀ ਚੱਡਾ ਇਹਨਾਂ ਦੇ ਜੁਆਈ ਦੀ ਫੈਕਟਰੀ ਨੇ ਕਰੋੜਾਂ ਮੱਛੀਆਂ ਮਾਰੀਆਂ ਨੇ ਕਿਹਨੂੰ ਨਹੀਂ ਪਤਾ ਉੱਥੇ ਕੀ ਕੁਝ ਨਹੀਂ ਹੋਇਆ ਪਰੋ ਦੁੱਧ ਤੋਂ ਉੱਤੇ ਸਿੱਖੋਗੇ ਕਪਤਾਨ ਸਾਹਿਬ ਦੀ ਮਿਲੀ ਭੁਗਤ ਨਾਲ ਹੋਇਆ ਕਿੰਨੇ ਲੋਕਾਂ ਨੂੰ ਸਜ਼ਾ ਹੋਈ ਉਹ ਚ ਕਿੰਨਾ ਜ਼ਹਿਰ ਇਹਨਾਂ ਨੇ ਸਟਿਆ ਉੱਥੇ ਸ਼ਰਾਬ ਫੈਕਟਰੀ ਦਾ ਕੀ ਇਹ ਸਿੱਖੀ ਹੈ ਕੀ ਗੁਰੂ ਨਾਨਕ ਦੇਵ ਜੀ ਸਿੱਖੀ ਹੈ ਨਹੀਂ ਇਹ ਹੁਣ ਆਪਣੇ ਆਪ ਹੁਣ ਸਰਨਾ ਰੋਕ ਲਿਆ ਉਹਨਾਂ ਨੇ ਰਕਵਾਤਾ ਤੇ ਸਾਡੀ ਬੱਲੇ ਬੱਲੇ ਸਰਨਾ ਸਾਹਿਬ ਤੇ ਬੜੇ ਉੱਪਰ ਪਹੁੰਚੇ ਹੋਏ ਸਿੱਖ ਨੇ ਇਹਨਾਂ ਨੇ ਤਾਂ ਜੀ ਸੋਨੇ ਦੀ ਪਾਲਕੀ ਲੈ ਕੇ ਬਾਬੇ ਨੂੰ ਗਏ ਨੇ ਮੱਥਾ ਟੇਕਣ ਬਾਬੇ ਨੂੰ ਸਭ ਪਤਾ ਕਿ ਇਹ ਪਾਲਕੀ ਜਿਹੜੀ ਕੌਣ ਲੈ ਕੇ ਆਇਆ ਮੇਰਾ ਲਾਲੋ ਕੌਣ ਹੈ ਤੇ ਮੈਨੂੰ ਮਲਕ ਭਾਗੋ ਕਿਵੇਂ ਜਾਲ ਪਾ ਰਿਹਾ ਉਹਨੂੰ ਸਭ ਨੂੰ ਪਤਾ ਹੈ ਪਰ ਸਾਨੂੰ ਸਮਝਣ ਦੀ ਜਰੂਰਤ ਹੈ ਕਿ ਮਲਕ ਭਾਗੋ ਕੌਣ ਨੇ ਲਾਲੋ ਕੌਣ ਹੈ ਤੁਸੀਂ ਹੋਨਰੋ ਸਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਜੀ ਸਰ ਹਰਦੀਪ ਸਿੰਘ ਜੀ ਸਵਾਗਤ ਮੁਬਾਰਕਾਂ ਧੰਨਵਾਦ ਜੀ ਮੈਂ ਤਾਂ ਇਹ ਹੀ ਤੁਹਾਨੂੰ ਕਹਿਣਾ ਚਾਹੁੰਦਾ ਸੀ ਵੀ ਅੱਜ ਦੇ ਮੁਕੱਦਸ ਦਿਨ ਤੇ ਆਪਾਂ ਮੁਬਾਰਕਾਂ ਦਈਏ ਸਭ ਨੂੰ ਜੀ ਤੇ ਇਹ ਤਾਂ ਬਾਕੀ ਜਿਹੜੇ ਸਾਰੇ ਇਹ ਤੇ ਦੁੱਖੜੇ ਆਪਾਂ ਰੋਂਦੇ ਹੀ ਰਹਿਣਾ ਤੇ ਇੱਕ ਬੇਨਤੀ ਕਰਨੀ ਚਾਹਾਂਗਾ ਹੁਕਮ ਹੁਕਮ ਨਹੀਂ ਸਾਰੇ ਵਾਸਤੇ ਹੀ ਆ ਸੁਣਨ ਵਾਲੇ ਸਮੁੱਚੀ ਸੰਗਤ ਵਾਸਤੇ ਵੀ ਵੇਖੋ ਕੰਡਾ ਰਾਹ ਦੇ ਵਿੱਚ ਪਿਆ ਹੋਵੇ ਨਾ ਤੇ ਕੰਡਾ ਚੁੱਕ ਕੇ ਪਰੇ ਸਿੱਟੀਆਂ ਤੇ ਆਪਾਂ ਰਾਤ ਰਾਤ ਰਹਿ ਜਾਈਏ ਕੋਈ ਫਰਕ ਨਹੀਂ ਪੈਂਦਾ ਜੇ ਆਪਾਂ ਉਥੇ ਜਾਮਲਾ ਖੋਲੋ ਜੀਏ ਵੀ ਕੰਡਾ ਕਿਨੇ ਛੁੱਟਿਆ ਤੇ ਕਿਉਂ ਛੁੱਟਿਆ ਫੇਰ ਆਪਾਂ ਪਹੁੰਚਦੇ ਨਹੀਂ ਕਿਤੇ ਵੀ ਜੀ ਹੁਣ ਮਸਲਾ ਇਹ ਆ ਵੀ ਮੁਗਲਾਂ ਨੇ ਅੱਜ ਤੋਂ 800 ਸਾਲ 500 ਸਾਲ 700 ਸਾਲ ਪਹਿਲਾਂ ਜਿਹੜੇ ਕੰਡੇ ਖਿਲਾਾਰੇ ਸੀ ਅਸੀਂ ਉਹਦਾ ਹੁਣ ਬਦਲਾ ਹੋਣ ਦੀ ਪਾਕਿਸਤਾਨ ਦੀ ਜਨਤਾ ਕੋਲੋਂ ਲੈ ਰਹੇ ਆ ਹਨਾ ਇਹ ਕੰਡਾ ਵੀ ਪਾਸੇ ਕਰਾਂਗੇ ਤੇ ਤਾਂ ਹੀ ਸਾਡਾ ਦੇਸ਼ ਵੀ ਤਰੱਕੀ ਕਰੇਗਾ ਤਾਂ ਉਹਨਾਂ ਦਾ ਵੀ ਤਰੱਕੀ ਕਰੇਗਾ ਮਤਲਬ ਉਹਨਾਂ ਦੀ ਵੀ ਜਿਹੜੀ ਹੈ ਡਿਫੈਂਸ ਦਾ ਜਿਹੜਾ ਬਜਟ ਹੈ ਤੇ ਸਾਡਾ ਵੀ ਇਹ ਮੇਜਰ 파ਰਟ ਜਿਹੜਾ ਉਹ ਡਿਫੈਂਸ ਵਾਲੇ ਪਾਸੇ ਚਲਾ ਜਾਂਦਾ ਹਸਪਤਾਲ ਦੇ ਵਿੱਚ ਗਰੀਬ ਦੇ ਬੱਚੇ ਨੂੰ ਆਕਸੀਜਨ ਮਿਲੇ ਨਾ ਮਿਲੇ ਬੋਫਰ ਤੋਪ ਨੂੰ ਕੋ ਗੋਲਾ ਚਾਹੀਦਾ ਜਿਹੜੇ ਇੱਕ ਗੋਲਾ 5 ਲੱਖ ਦਾ ਆਉਂਦਾ ਔਰ 10 ਲੱਖ ਫੌਜ 10000 12 ਹੁਣ ਤੇ 13 14 ਲੱਖ ਹੋ ਗਈ ਆ ਉਹਨੂੰ ਤਨਖਾਹਾਂ ਚਾਹੀਦੀਆਂ ਸਕੂਲਾਂ 'ਚ ਮਾਸਟਰ ਨਹੀਂ ਹੈਗੇ ਤੇ ਕੋਈ ਗੱਲ ਨਹੀਂ ਤੇਰੀ ਤੇਰੀ ਲੱਗੀ ਅੱਗੇ ਬੀਐਸਐਫ ਮਗਰ ਹੋਰ ਕੋਈ ਇੰਡੋ ਤੇ ਬਤਾਨਾ ਉਹਦੇ ਪਿੱਛੇ ਫੌਜ ਬੈਠੀ ਆ ਤੇ ਇਹ ਕੰਮ ਮਕਾਇਆ ਹੀ ਮੁਕਣਾ ਵੈ ਜੇ ਆਪਾਂ ਕਹੀਏ ਵੀ ਆਪਾਂ ਲੜਾਈ ਵੀ ਰੱਖਣੀ ਆ ਤੇ ਜਿਤਨਾ ਵੀ ਹੈ ਇਹ ਕੰਮ ਨਹੀਂ ਹੋਣਾ ਬਾਕੀ ਬੇੜਾਗਰਕ ਕਰ ਰਹੀਆਂ ਜਿਹੜੀਆਂ ਅਦਾਲਤਾਂ ਅਦਾਲਤ ਇਹ ਵੀ ਫੈਸਲਾ ਕਰ ਸਕਦੀ ਵੀ ਇਹ ਜਿਹੜੀ 2.70 ਏਕੜ ਜਗਾ ਵੈਡ ਸੱਜੇ ਪਾਸੇ 5 ਏਕੜ ਉਹ ਲੈ ਲੈਣ ਖੱਬੇ ਪਾਸੇ 5 ਏਕੜ ਉਹ ਲੈ ਲੈਣ ਇਹ ਜਗ੍ਹਾ 'ਚ ਕੁਝ ਵੀ ਨਾ ਬੜੇ ਲੇਕਿਨ ਇਹ ਜਿਹੜਾ ਇਹ ਮਤਲਬ ਰੱਬ ਦਾ ਘਰ ਜਿੱਦਣ ਠੱਗੇਗਾ ਦੂਜੇ ਰੱਬ ਦਾ ਬਣੇਗਾ ਨਾ ਉਦਣ ਇਹ ਕੋਈ ਰੱਬ ਦਾ ਕਹਿਰ ਹੋਏਗਾ ਆਈ ਡੋਟ نو ਕੀ ਹੁੰਦਾ ਪਰ ਗੱਲ ਇਹ ਆ ਬਈ ਇਹ ਗੱਲ ਚੰਗੀ ਨਹੀਂ ਹੋਈ ਤੇ ਖਾਸ ਕਰਕੇ ਜਿੰਨਾ ਚਿਰ ਸੰਬਤ ਪਾਤਰਾ ਵਰਗੇ ਬੰਦਿਆਂ ਤੇ ਲਗਾਮ ਨਹੀਂ ਲੱਗਦੀ ਇੰਡੀਆ ਦਾ ਕੱਥ ਨਹੀਂ ਹੋਣਾ ਹੁਣ মিডিਏ ਨੇ ਇਹ ਕੰਮ ਕੀਤਾ ਹੋਇਆ ਵੀ ਕੋਈ ਤੁਹਾਡੇ ਚੈਨਲ ਵਾਲਾ ਜਾਂ ਦੂਜੇ ਚੈਨਲ ਵਾਲਾ ਹੋਵੇ ਤਾਂ ਉਹਨੂੰ ਤੁਹਾਡੇ ਇਹ ਤੁਸੀਂ ਗੱਲ ਕਹੀ ਆ ਵੀ ਸਾਡੇ ਤੇ ਸੈਂਸਰ ਨਹੀਂ ਹੈਗਾ ਮੈਂ ਮੈਂ ਵੀ ਸਮਝ ਨਾ ਮੈਂ ਲਿਖਤੀ ਸੈਂਸਰ ਨਹੀਂ ਹੈਗਾ ਪਰ ਇਹ ਕੀ ਹੋਇਆ ਮਟਬਾਣਾ ਸਾਹਿਬ ਜਬਾਨ ਜਿਹੜੀ ਆ ਮੂੰਹ ਚ ਰੱਖੇ ਤੇ ਬੁੱਲ ਘੁੱਟ ਲਿਓ ਜਿੰਨੀ ਖਬਰ ਬੋਲ ਸਕਦੇ ਹੋ ਤੇ ਬੋਲੇਓ ਤੇ ਸੰਵਤ ਪਾਤਰਾ ਨੂੰ ਕਹਿੰਦੇ ਵੀ ਜਿੰਨੀ ਲੰਮੀ ਤੇਰੀ ਜबान ਅੰਦਰ ਹੈ ਓਨੀ ਬਾਹਰ ਨੂੰ ਗੱਡ ਲੈ ਤੇ ਜੋ ਮਰਜ਼ੀ ਬੋਲੀ ਜਾ ਇਹ ਸੈਂਸਰ ਹੀ ਹੁੰਦਾ ਇਹ ਇਹ ਜਿਹੜਾ মিডিਆ ਪੱਠਾ ਬਾਂਦਾ ਪਿਆ ਤੇ ਧੰਨਵਾਦ ਜੀ ਇਹਨ ਬਧਾਈਆਂ ਦਿਆਂ ਧੰਨਵਾਦ ਜੀ ਧੰਨਵਾਦ ਜੀ ਜਸਪ੍ਰੀਤ ਸਿੰਘ ਕਹਿੰਦੇ ਗੁਰਨਾਨਕ ਸਾਹਿਬ ਦੇ 550 ਸਾਲਾ ਪੁਰਬ ਦੀਆਂ ਬਹੁਤ-ਬਹੁਤ ਮੁਬਾਰਕਾਂ ਮਾ ਵੀ ਜਸਪ੍ਰੀਤ ਅਸਟ੍ਰੇਲੀਆ ਤੋਂ ਅਜਗੀਰ ਸਿੰਘ ਬਹਿਲੋਲ ਪਰ ਚਰਨਵੀਰ ਰੰਧਾਵਾ ਜੀ ਰਕੇਸ਼ ਜਨਰਲ ਕਹਿੰਦੇ ਨਵਜੋਤ ਸਿੰਘ ਸਿੱਧੂ ਬਹੁਤ ਅੱਛੇ ਇਨਸਾਨ ਨੇ ਅਕਾਲੀ ਕਾਂਗਰਸ ਵਾਲੇ ਜਰਦੇ ਨਹੀਂ ਬਲਵਿੰਦਰ ਸਿੰਘ ਮੰਡੇਰ ਕਹਿੰਦੇ ਇੰਡੀਆ ਵਾਲੇ ਲੋਕਾਂ ਨੇ ਜਿਹੜੇ ਇਨਕਮ ਘਟ ਗਈ ਹੈ ਇਸੇ ਕਰਕੇ ਰੋਂਦੇ ਨੇ ਆ ਬਿਲਕੁਲ ਜੀ ਕੰਮ ਰਹਿ ਨਹੀਂ ਲੋਕਾਂ ਕੋਲ ਅ ਨਵਜੋਤ ਸਿੰਘ ਸਿੱਧੂ ਨੇ ਸੱਚੇ ਸਿੱਖ ਤੇ ਪੰਜਾਬੀ ਹੋਣ ਦਾ ਸਬੂਤ ਦਿੱਤਾ ਜੋ ਫਖਰੇ ਕੰਮ ਹੋਣ ਦਾ ਹੱਕ ਰੱਖਦਾ ਹੈ ਬਾਕੀ ਕੈਪਟਨ ਤੇ ਬਾਦਲ ਨੇ ਘਟੀਆ ਸੋਚ ਹੋਣ ਦਾ ਸਬੂਤ ਦਿੱਤਾ ਜਿਨ੍ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ Imran ਦਾ ਧੰਨਵਾਦ ਤੱਕ ਨਹੀਂ ਕੀਤਾ ਬਾਕੀ ਜਥੇਦਾਰ ਅਕਾਲ ਤਖਤ ਨੂੰ ਟਾਈਮ ਨਹੀਂ ਜਥੇਦਾਰ ਅਕਾਲ ਤਖਤ ਬੋਲਣ ਨੇ ਜੀ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਹੁਣ ਜੇ ਉਹਨਾਂ ਨੇ ਗੱਲ ਆਖੀ ਹੈ ਜੇ ਕਸ਼ਮੀਰ ਚ ਕਹਿੰਦੇ ਪੰਡਤ ਤੇ ਜ਼ੁਲਮ ਹੁੰਦਾ ਹੈ ਕਸ਼ਮੀਰੀ ਪੰਡਤ ਤੇ ਤਾਂ ਵੀ ਅਸੀਂ ਉਸ ਦਾ ਵਿਰੋਧ ਕਰਦੇ ਆਂ ਕਸ਼ਮੀਰੀ ਮੁਸਲਮਾਨ ਤੇ ਜ਼ੁਲਮ ਹੁੰਦਾ ਤਾਂ ਵੀ ਇਸ ਦਾ ਅਸੀਂ ਵਿਰੋਧ ਕਰਦੇ ਆਂ ਕਸ਼ਮੀਰੀ ਪੰਡਤਾਂ ਤੇ ਜਦੋਂ ਜ਼ੁਲਮ ਹੋਇਆ ਜਨਊ ਜਾਂ ਹੋਰ ਮਾਮਲੇ ਲੈ ਕੇ ਗੁਰੂ ਸਾਹਿਬਾਨ ਨੇ ਸ਼ਹਾਦਤ ਦਿੱਤੀ ਨੌਵੀਂ ਪਾਤਸ਼ਾਹੀ ਨੇ ਪਰ ਹੁਣ ਜੇ ਕਸ਼ਮੀਰੀ ਮੁਸਲਮਾਨ ਤੇ ਜ਼ੁਲਮ ਹੋ ਰਿਹਾ ਤਾਂ ਸਿੱਖਾਂ ਨੇ ਮੱਲਮ ਲਾਈ ਆਪਣਾ ਹਾ ਦਾ ਨਾਰਾ ਮਾਰਿਆ ਸੋ ਇਹ ਜਥੇਦਾਰ ਦਾ ਬਿਆਨ ਆਪਣੇ ਆਪ ਸਹੀ ਹੈ ਜੇ ਨਵਜੋਤ ਸਿੰਘ ਸਿੱਧੂ ਵੀ ਤਾਂ ਸਿੱਖ ਹੈ ਜੇ ਉਹਨੇ ਭਾਈ ਇਮਰਾਨ ਦੀ ਤਾਰੀਫ ਕਰਤੀ ਚੰਗੇ ਕਾਰਜ ਵਾਲੇ ਤਾਂ ਬੀਜੇਪੀ ਵਾਲਿਓ ਘਟੋ ਘਾਟੇ ਜ਼ਥੇਦਾਰ ਸਾਹਿਬ ਪੁੱਛਣ ਵੀ ਉਹਨੇ ਕੀ ਮਾੜਾ ਕਰ ਦਿੱਤਾ ਇਹਨਾਂ ਨੂੰ ਅਕਾਲੀਆਂ ਨੂੰ ਪੁੱਛਣ ਭਾਜਪਾ ਨੂੰ ਪੁੱਛਣ ਸੋ ਮਨਪ੍ਰੀਤ ਬਾਦਲ ਨੇ ਵੀ ਆਖਿਆ ਕਿ ਜਿਹੜੀਆਂ ਦੋ ਸਟੇਜਾਂ ਲੱਗਣੀਆਂ ਕੌਮ ਦੇ ਲਈ ਮੰਦ ਭਾਗ ਹੈ ਤੁਸੀਂ ਸਟੇਜ 1 ਨਹੀਂ ਕਰ ਸਕੀ ਸਿਰਫ ਆਪਣੇ ਆਪਣੇ ਲਾਨੇਦਾਰੀ ਦਿਖਾ ਰਹੇ ਹੋ ਬਲਜੀਤ ਸਿੰਘ ਬਲ ਕਹਿੰਦੇ ਜੀ ਜਦੋਂ ਤੱਕ ਕਰਤਾਰਪੁਰ ਲਾਂਘਾ ਖੁੱਲਿਆ ਨਹੀਂ ਗਿਆ ਖੁੱਲ ਨਹੀਂ ਗਿਆ ਤਦ ਤੱਕ ਹਰ ਸਿੱਖ ਦੇ ਦਿਲ ਦੀ ਧੜਕਣ ਵਧੀ ਰਹੀ ਇਹਨਾਂ ਨੇ ਆਈਐਸਆਈ ਦੀ ਆੜ ਦੇ ਵਿੱਚ ਲਾਂਘਾ ਖੋਲਣ ਤੋਂ ਨਾ ਕਰ ਦੇਣੀ ਸੀ ਤੇ ਸਰਨਜੀਤ ਸਿੰਘ ਕਹਿੰਦੇ ਇਹ ਜੋ ਤੁਹਾਡੇ ਦਰਸ਼ਕ ਜੋ ਮੈਂ ਲੰਮਾ ਚੋੜਾ ਕਮੈਂਟ ਆ ਬਾਅਦ ਚ ਪੜਦਾ ਤੁਸੀਂ ਆਨਰ ਸਰ ਹੈਲੋ ਹੈਲੋ ਸਫੀਰਟ ਬਣਾ ਜੀ ਹਾਂ ਸਵਾਗਤ ਹੁੰਦਾ ਵਾਸਾਬ ਗੱਲ ਕਰੋ ਆਪਣੀ ਹਾਂਜੀ ਸਰ ਸਰ ਜਿਹੜੀ ਤੁਸੀਂ ਆ ਗੱਲ ਕਰਦੇ ਜੇ ਅਬ ਸਿੰਧੂ ਸਾਹਿਬ ਦੀਆਂ ਹੋਰ ਇਹ ਤੇ ਸਭ ساری ਪੋਲਿਟਿਕਸ ਹੈ ਤੁਸੀਂ ਦੇਖੋ ਬੀਜੇਪੀ ਪਹਿਲਾਂ ਹੀ ਇੱਕ ਕਮਿਊਨਿਟੀ ਨੂੰ ਆਪਣੇ ਵਰਕਫਲੋ ਕਰ ਚੁੱਕੀ ਹੈ ਚਾਹੇ ਉਹ ਤਿੰਨ ਤਾਲਾਖ ਹੋਵੇ ਚਾਹੇ ਉਹ 170 ਹੋਵੇ ਹੂੰ ਦੂਸਰੀ ਕਮਿਊਨਿਟੀ ਨੂੰ ਨਾ ਕਰਕੇ ਉਹ ਆਪਣੇ ਖਿਲਾਫ ਅਫਵਾੜ ਨਹੀਂ ਕਰ ਸਕਦੇ ਕਰਨਾ ਹਮਮ ਵਾਪਸ ਸਰ ਉਹ ਤੇ ਸਾਰੀ ਸਿਆਸਤ ਰਹਿੰਗੀ ਐ ਕੈਪਟਨ ਸਾਹਿਬ ਦੇਖੋ ਉਸ ਦਿਨ ਵੀ ਕਹੀ ਜਾਂ ਰਿਹਾ ਸੀ ਅਸੀਂ ਮੁੱਦੇ ਲੰਮੇ ਪਾਲਾਂਗੇ ਜੇ ਕੋਈ ਆਇਆ ਤੇ ਹਮ ਤੇ ਕੈਪਟਨ ਨੂੰ ਕੋਈ ਪੁੱਛਣ ਵਾਲਾ ਹੋਵੇ ਜਿੱਦਣ ਪਖਾਨਕੋਟ ਹਮਲਾ ਹੋਇਆ ਸੀ ਇਹ ਬਿਨਾ ਨਗਰ ਹੋਇਆ ਉਸ ਦਿਨ ਕਿਹੜੇ ਲੰਘੇ ਦੂਆਏ ਸਾਨੂੰ ਹਮਮ ਜੀ ਤੇ ਬਾਕੀ ਸਰ ਇੱਕ ਇੱਕ ਗੁਰਨਾਨ ਦੇਵ ਸਾਹਿਬ ਤੁਹਾਡੇ ਕੋ ਸਾਡੇ ਨਾਲ ਜਿਹੜੀ ਆ ਬਸ ਗੁਰਨਾਨਕ ਸਾਹਿਬ ਦੀ ਸਿੱਖਿਆ ਦੀ ਗੱਲ ਕਰਦੇ ਆ ਹੂੰ ਹੂੰ ਹੁਣ ਤੁਹਾਡੇ ਚੈਨਲ ਤੇ ਵੀ ਸਰ ਜਿਹੜੀ ਫੋਟੋ ਦਿਖਾਈ ਜਾ ਰਹੀ ਹੈ ਉਹ ਤੁਸੀਂ ਕੀ ਗਰੰਟੀ ਦੇ ਸਕਦੇ ਉੱਥੇ ਗੁਰਨਾਨਕ ਦੇਵ ਜੀ ਮਹਾਰਾਜ ਦੀ ਹੈ ਨਹੀਂ ਇਹ ਫੋਟੋ ਸਾਰੀਆਂ ਫੇਕ ਨੇ ਮੈਂ ਸਪਸ਼ਟ ਕਰ ਦਿਆਂ ਹਾਂਜੀ ਤੇ ਸਰ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਨਾ ਇਹਦੀ ਜਗ੍ਹਾ ਤੇ ਸੀ ਕੋਈ ਗੁਰਬਾਣੀ ਦੀ ਟੋਕ ਨਿਰਮੋਖਾ ਦਾ ਕੁਝ ਸਮਝ ਆ ਦੇ ਫੋਟੋ ਦੀ ਜਗ੍ਹਾ ਥੈਂਕ ਯੂ ਬਹੁਤ ਅੱਛਾ ਵਿਚਾਰ ਆਇੰਦਾ ਧਿਆਨ ਰੱਖਾਂਗੇ ਰੰਧਾਵਾ ਸਾਹਿਬ ਅਸਲ ਦੇ ਵਿੱਚ ਸ਼ੋਭਾ ਸਿੰਘ ਨੇ ਜਿਹੜੀ ਫੋਟੋ ਬਣਾਈ ਹੈ ਜਿਹੜੀ ਸਭ ਤੋਂ ਪ੍ਰਵਾਨਿਤ ਹੈ ਆਸਟ੍ਰੇਲੀਆ ਦੇ ਵਿੱਚ ਜੱਜ ਸੀਗੇ ਮੇਰੇ ਲਿਸਨਰ ਸੀਗੇ ਰੇਡੀਓ ਦੇ ਬੜੇ ਪ੍ਰਾਣੇ ਤੇ ਉਹਨਾਂ ਨੇ ਉਸ ਵਕਤ ਜਦੋਂ ਸ਼ੋਭਾ ਸਿੰਘ ਨੇ ਫੋਟੋ ਰਿਲੀਜ਼ ਕੀਤੀ ਐਸਜੀਪੀਸੀ ਵੱਲੋਂ ਰਿਲੀਜ਼ ਕੀਤੀ ਜਾ ਰਹੀ ਸੀ ਉਹ ਕਹਿੰਦੇ ਮੈਂ ਖੜਾ ਹੋ ਗਿਆ ਕਹਿੰਦੇ ਮੈਂ ਸ਼ੋਭਾ ਸਿੰਘ ਹੋਰਾਂ ਨੂੰ ਸਾਰਿਆਂ ਨੂੰ ਆਖਿਆ ਉਸ ਸੰਗਤ ਦੇ ਵਿੱਚ ਕਿ ਜੇ ਮੈਨੂੰ ਦੱਸ ਦਿਓ ਕਿ ਇਹ ਫੋਟੋ ਵਾਕਿਆ ਹੀ ਗੁਰੂ ਨਾਨਕ ਸਾਹਿਬ ਦੀ ਹੈ ਤਾਂ ਮੈਂ ਆਪਣੀ ਸਾਰੀ ਜਾਇਦਾਦ ਤੁਹਾਨੂੰ ਤੁਹਾਡੇ ਨਾਂ ਕਰਾ ਦੇਵਾਂਗਾ ਪਰ ਸ਼ੋਭਾ ਸਿੰਘ ਕੋਈ ਜਵਾਬ ਨਹੀਂ ਦੇ ਦੇ ਸਕ ਉਹਦੇ ਚਲੋ ਮੈਂ ਨਾ ਨਾ ਕਰਾਂ ਬਹੁਤ ਉਗੇ ਪੱਤਰਕਾਰ ਨੇ ਸਾਡੇ ਸਰੋਤੇ ਵੀ ਨੇ ਸਤਿਕਾਰਤ ਉਹ ਵੀ ਇਸ ਪਰਿਵਾਰ ਦੇ ਨਾਲ ਸੁਭਾ ਸਿੰਘ ਪਰਿਵਾਰ ਦੇ ਨਾਲ ਉਹਨਾਂ ਦਾ ਵੀ ਤਾਲੁਕ ਹੈਗਾ ਆ ਉਥੋਂ ਕਿਤੇ ਨਾ ਕਿਤੇ ਇਹ ਗੱਲ ਵੀ ਸਾਹਮਣੇ ਆਈ ਸੀ ਸੁਭਾ ਸਿੰਘ ਹੋਰਾਂ ਦੀ ਜਿਹੜੀ ਬੇਟੀ ਦੇ ਰਾਹੀਂ ਕਿ ਜਦੋਂ ਇਹ ਤਸਵੀਰ ਬਣੀ ਜਾਂ ਬਣਾ ਰਹੀ ਸੀ ਸੁਭਾ ਸਿੰਘ ਜਿਹੜੀ ਸਭ ਤੋਂ ਪ੍ਰਵਾਨਤ ਹੈ ਅੱਜਕੱਲ੍ਹ ਸਿੱਖਾਂ ਦੇ ਵਿੱਚ ਉਹ ਤਸਵੀਰ ਸਾਰੀ ਕੰਪਲੀਟ ਕਰ ਲਈ ਸੀ ਸਿਰਫ ਅੱਖਾਂ ਨਹੀਂ ਸੀ ਲਾਈਆਂ ਉਸ ਨੂੰ ਤੇ ਉਹ ਫਿਰ ਸੋਭਾ ਸਿੰਘ ਦਚਤੀ ਸੀ ਕਿ ਇਸ ਪੋਸਟਰ ਦੀਆਂ ਅੱਖਾਂ ਕਿੱਦਾਂ ਦੀਆਂ ਬਣਨ ਫਿਰ ਸੋਭਾ ਸਿੰਘ ਆਪਣੇ ਪਰਿਵਾਰ ਦੇ ਨਾਲ ਇੱਕ ਬਜਾਜੀ ਦੀ ਦੁਕਾਨ ਤੇ ਗਿਆ ਉੱਥੇ ਉਹਨਾਂ ਨੇ ਉਸ ਬਜਾਜੀ ਦੀਆਂ ਅੱਖਾਂ ਵੇਖੀਆਂ ਤੇ ਉੱਥੇ ਉਹਨਾਂ ਨੂੰ ਇਹ ਜਾਗ ਇਨਸਪੀਰੇਸ਼ਨ ਹੋਈ ਕਿ ਗੁਰਨਾਨ ਸਿੰਘ ਸਾਹਿਬ ਦੀਆਂ ਅੱਖਾਂ ਇਦਾਂ ਦੀਆਂ ਹੋਣੀਆਂ ਚਾਹੀਦੀਆਂ ਨੇ ਹੁਣ ਜਿਸ ਤਰ੍ਹਾਂ ਗੁਰਨਾਨ ਸਿੰਘ ਸਾਹਿਬ ਦੇ ਹੱਥ ਦਿਖਾਏ ਜਾ ਰਹੇ ਨੇ ਪੈਰ ਦਿਖਾਏ ਜਾ ਰਹੇ ਨੇ ਜਿਹੜੀ ਸ਼ਖਸੀਅਤ ਇੰਨਾ ਲੰਮਾ ਹਜ਼ਾਰਾਂ ਮਾਈਲ ਦਾ ਤੈਅ ਕੀਤਾ ਹੋਗਾ ਕਰਤਾਰਪੁਰਾ ਜਿਹੜੇ ਡੇਢ ਦਾ ਹੱਕ ਹਲ ਬਾਇਆ ਹੋਏਗਾ ਕਿਉਂ ਐ ਨਾ ਕੋਮਲ ਹੋਏਗਾ ਯਾਰ ਸੋ ਇਹ ਇਹ ਜਿਹੜਾ ਹੈਗਾ ਅਸੀਂ ਉਹ ਜਿਹੜਾ ਇੱਕ ਦੇਵੀ ਦੇ ਰੂਪ ਦੇ ਵਿੱਚ ਉਹ ਵਾਰ ਦਿੱਤਾ ਇਹਨੇ ਕੋਮਲ ਮਲੂਕ ਹੱਤ ਜਿਸ ਤਰ੍ਹਾਂ ਜਫਰ ਸਾਹਿਬ ਦੀ ਸੋ ਇਹ ਫੋਟੋਆਂ ਸਾਰੀਆਂ ਕਲਪਤਨੇ ਆ ਤੁਸੀਂ ਵੇਖੋ ਇਹਨਾਂ ਦਿਨਾਂ 'ਚ ਫੋਟੋ ਆਖਬਾਰ ਭਰੇ ਭੇ ਨੇ ਉਹ ਘਰ ਵਿੱਚ ਜਾਣੀਆਂ ਸਾਰੀਆਂ ਜੇ ਫੋਟੋ ਉਦਾਂ ਕੋਈ ਬੇਅਦਵੀ ਕਰਦੇ ਤੇ ਬੇਅਦਵੀ ਦਾ ਪਰਚਾ ਆ ਢੇਰ ਲੱਗਿਆ ਮੇਰੇ ਆਲੇ-ਦਾਲੇ ਅਖਬਾਰਾਂ ਦਾ ਘਟੋ-ਘਟ 5-700 ਫੋਟੋ ਆ ਜਿਹੜੀ ਇੱਕ ਦਿਨ 'ਚ ਛਪੀ ਹੋਣੀ ਆ ਵੱਖ-ਵੱਖ ਅਖਬਾਰਾਂ 'ਚ ਰਸਾਲਿਆਂ 'ਚ ਜਿੰਨੇ ਸਾਰਿਆਂ ਛਪੀ ਆ ਸੋਚ ਕਰਕੇ ਟੈਲੀਵਿਜ਼ਨ ਤੇ ਤਾਂ ਚਲੋ ਇਹ ਵਿਖ ਰਹੀ ਹੈ ਕਿ ਦੀ ਵੇਸਟੇਜ ਨਹੀਂ ਜਾ ਰਹੀ। ਅਖਬਾਰਾਂ ਮੈਗਜ਼ੀਨਾਂ 'ਚ ਤੇ ਵੇਸਟ ਜਾ ਰਹੀ ਹੈ। ਕੋਈ ਜੁੱਤੀਆਂ ਸਾਫ਼ ਕਰਦਾ, ਕੋਈ ਘਰ ਵਿੱਚ ਸੜਦਾ ਕੋਈ ਗੰਦਗੀ ਸਾਫ਼ ਕਰਦਾ। ਸੋ ਇਹ ਫੋਟੋ ਕਲਚਰ ਤੋਂ ਬਚਣਾ ਚਾਹੀਦਾ। ਪਹਿਲਾਂ ਅਸੀਂ ਆਪਣੇ ਘਰਾਂ 'ਚੋਂ ਬਾਹਰ ਕੱਢੀਏ। ਮੇਰੇ ਘਰ ਦੇ ਵਿੱਚ ਗੁਰੂ ਸਾਹਿਬ ਦੀ ਕੋਈ ਫੋਟੋ ਨਹੀਂ ਹੈ। ਮੈਂ ਉਸਨੂੰ ਤਵੱਜੋ ਵੀ ਨਹੀਂ ਦਿੰਦਾ। ਇੱਕ ਹੋਰ ਦੇਖਿਆ ਅਸੀਂ ਬੈਠੇ ਸੀ ਗੱਲ ਸਟੂਡੀਓ ਦੇ ਵਿੱਚ ਤੇ ਗੁਰੂ ਨਾਨਕ ਸਾਹਿਬ ਦੀ ਫੋਟੋ ਤੇ ਤਿਲਕ ਲੱਗਿਆ ਹੋਇਆ ਗੁਰੂ ਸਾਹਿਬ ਦੇ ਮੱਥੇ ਤੇ ਤਿਲਕ ਲੱਗਿਆ ਹੋਇਆ ਕੀ ਕਰੋਗੇ ਤੁਸੀਂ? ਸੋ ਉਹ ਜਿਹੜਾ ਜਿਹੜੀਆਂ ਚੀਜ਼ਾਂ ਨੂੰ ਗੁਰਨਾਨਕ ਸਾਹਿਬ ਨੇ ਨਕਾਰਿਆ ਉਹੀ ਗੁਰਨਾਨਕ ਸਾਹਿਬ ਦੇ ਉੱਤੇ ਥੋਪੀਆਂ ਜਾ ਰਹੀਆਂ ਨੇ ਮੂਰਤੀਆਂ ਬਣ ਰਹੀਆਂ ਨੇ ਕਿੰਨੇ ਸਰਦਾਰ ਨੇ ਉਹਨਾਂ ਦੀਆਂ ਕਾਰਾਂ ਦੇ ਡੈਸ਼ਬੋਰਡ ਤੇ ਮੂਰਤੀਆਂ ਲੱਗੀਆਂ ਨੇ ਸੋ ਉਹ ਮੂਰਤੀ ਪੂਜਾ ਹੀ ਹੋ ਗਈ ਨਾ ਬੁੱਧ ਨੇ ਮੂਰਤੀ ਪੂਜਾ ਦਾ ਵਿਰੋਧ ਕੀਤਾ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਵੱਧ ਮੂਰਤੀਆਂ ਬੁੱਧ ਦੀਆਂ ਨੇ ਕੀ ਕਰੋਗੇ ਤੁਸੀਂ ਇਹ ਹਿڈن ਅਜੰਡੇ ਨੇ ਅਸੀਂ ਪਤਾ ਨਹੀਂ ਰੱਬ ਕਿੱਥੋਂ ਲੱਭਣਾ ਚਾਹੁੰਦੇ ਆ ਇਸਲਾਮ ਇਹਨਾਂ ਤੋਂ ਬਚਿਆ ਕਿਉਂਕਿ ਉਹ ਬਹੁਤ ਸਖਤ ਨੇ ਇਸ ਮਾਮਲੇ ਵਿੱਚ ਤੁਸੀਂ ਹੋਨਰ ਹੋ ਸਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਭਾਈ ਜੀ ਸਵਾਗਤ ਹੈ ਤੁਹਾਡਾ ਆ ਮੈਂ ਦੁਬਾਰਾ ਆਇਆ ਜੀ ਆਜੋ 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 ਵੇਖੋ ਗੱਲ ਹੈ ਗਿਆ ਵੀ ਤੁਹਾਡੀ ਇਹ ਜਿਹੜੀ ਫੋਟੋ ਵਾਲੀ ਗੱਲ ਹੈ ਨਾ ਇਹ ਬਿਲਕੁਲ ਤੁਹਾਡੀ درست ਆ ਵੀ ਇਹ ਕਿਤੇ ਨਾਰਵਾਜ ਪੈਦਾ ਤੇ ਬਹੁਤ ਚੰਗੀ ਗੱਲ ਸੀ ਹੁਣ ਵੀ ਛੱਡ ਦੀ ਤਾਂ ਵੀ ਚੰਗਾ ਹੈ ਹਾਂਜੀ ਹੁਣ ਵੀ ਛੱਡ ਦੀ ਤਾਂ ਵੀ ਕੋਈ ਗੁਨਾਹ ਨਹੀਂ ਹੈ ਹਾਂ ਬਿਲਕੁਲ ਬਿਲਕੁਲ ਪਰ ਕਿਉਂਕਿ ਗੱਲ ਇਹ ਆ ਵੀ ਸਾਡੇ ਚ ਹੈਗੀ ਕੱਟੜਤਾ ਜਾਂ ਤੇ ਅਸੀਂ ਲਿਬਰਲ ਹੋਈਏ ਪਰਵਾਹ ਨਾ ਕਰੀਏ ਫੇਰ ਗੱਲ ਵੱਖਰੀ ਆ ਜੇ ਕੋਈ ਹੋਣੇ ਇਸਮ ਜੀ ਦੀ ਮੂਰਤੀ ਆ ਤੁਸੀਂ ਚਾਈਨਾ ਦੇ ਵਿੱਚ ਜਿਹੜੇ 크੍ਰਿਸਚੀਅਨ ਨੇ ਚਾਈਨਿਸ ਦੇ ਵਿੱਚ ਜਾ ਉਹਨਾਂ ਨੇ ਅੱਖਾਂ ਉਹਦਾਂ ਦੀਆਂ ਬਣਾਈਆਂ ਇਸਮਸੀ ਦੀਆਂ ਜਿੱਦਾਂ ਦੀਆਂ ਉਹ ਚਾਈਨੀ ਲੋਕਾਂ ਦੀਆਂ ਹੁੰਦੀਆਂ ਬਿਲਕੁਲ ਜਿਹੜੇ ਅਫਰੀਕਾ ਦੇ ਵਿੱਚ ਨੇ ਉਹਨਾਂ ਨੇ ਕਾਲੇ ਰੰਗ ਦਾ ਬਣਾਇਆ ਤੇ ਬੁੱਲ ਐਡੇ ਤੋਂ ਵੱਡੇ ਬਣਾਏ ਆ ਹੁਣ ਗੋਰਿਆਂ ਨੇ ਆਪਣੇ ਹਿਸਾਬ ਦਾ ਬਣਾਇਆ ਜੇ ਕਿਤੇ ਹਿੰਦੂ ਮਾਤਰ ਦੇ ਵਿੱਚ ਵੀ ਹੁੰਦਾ ਤੇ ਉਹਨਾਂ ਸਭ ਤੋਂ ਪਹਿਲਾਂ ਲੰਗੋਟੀ ਲਾ ਕੇ ਬਣਾਉਣਾ ਸੀ ਪਰ ਉਹ ਲੋਕ ਲਿਬਰਲ ਨਹੀਂ ਇਸ ਗੱਲ ਤੇ ਲੜਾਈਆਂ ਨਹੀਂ ਕਰਦੇ ਥੈਂਕ ਯੂ ਹੈ ਜੀ ਥੈਂਕ ਯੂ ਦੁੱਜੀ ਦੁੱਜੀ ਗੱਲ ਮੈਂ ਸਿੱਧੂ ਵਾਲੀ ਇੱਕ ਦੱਸਣੀ ਆ ਹੂੰ ਹੂੰ ਵੇਖੋ ਕਹਿੰਦੇ ਹੁੰਦੇ ਆ ਵੀ ਆਪਣੀ ਮੱਝ ਦਾ ਦੁੱਧ ਆ ਭਾਵੇਂ 100 ਕੋ ਤਾਂ ਜਾ ਕੇ ਪੀ ਲੋ ਇਹ ਜਿਹੜੀ ਇਹਨਾਂ ਦੇ ਖਿਲਾਫ ਹੁਣ ਗੱਲਾਂ ਨਿਕਲਦੀਆਂ ਪਈਆਂ ਤੇ ਵਿਰੋਧ ਕਰਦੇ ਪਏ ਆ ਇਹਨਾਂ ਨੇ ਆਪ ਪਹਿਲਾਂ ਗਲਤ ਕੀਤਾ ਸੀ ਜਦੋਂ ਸੋਨੀਆ ਗਾਂਧੀ ਨੂੰ ਮੁੰਨੀ ਬਾਈ ਕਹਿੰਦਾ ਸੀ ਤੇ ਰਾਹੁਲ ਨੂੰ ਪੱਪੂ ਕਹਿੰਦਾ ਸੀ ਉਦੋਂ ਤੇ ਮੰਨਦੇ ਸੀ ਦਿਓੜੀਆਂ ਤੇ ਹੁਣ ਆਪਣੀ ਵਾਰੀ ਆ ਗਈ ਇਹਨਾਂ ਨੂੰ ਕਿਉਂ ਮਤਲਬ ਉਹ ਕਾਂਗਰਸ ਨੂੰ ਕਹਿੰਦਾ ਸੀ ਤੇ ਤਾੜੀਆਂ ਤੇ ਆਪਣੀ ਵਾਰੀ ਫਾੜੀਆਂ ਹੁਣ ਫਾੜੀਆਂ ਨਾ ਨਾ ਵੰਡਣਾ ਹੁਣ ਵੀ ਥੋੜਾ ਜਿਹਾ ਜਗ੍ਹਾ ਕਰਨਾ ਤੇ ਤਾਂ ਹੀ ਥੈਂਕ ਯੂ ਥੈਂਕ ਯੂ ਦੇਖੋ ਉਹਨਾਂ ਨੇ ਮੋਦੀ ਸਾਹਿਬ ਦੀ ਵੀ ਤਾਰੀਫ ਕੀਤੀ ਹੈ ਤਿੰਨ ਚਾਰ ਵਾਰੀ ਮੋਦੀ ਸਾਹਿਬ ਦਾ ਨਾਮ ਬੋਲਿਆ ਨਵਜੋਤ ਸਿੰਘ ਸਿੱਧੂ ਨੇ ਪਰ ਉਹਨੇ ਬਾਅਦ ਚ ਸਪਸ਼ਟ ਕਰ ਦਿੱਤਾ ਕਿਉਂਕਿ ਇਹ ਮੈਸੇਜ ਨਾ ਜਾਵੇ ਕਿਉਂਕਿ ਗੱਲਾਂ ਕਿਆਸਰ ਆਈਏ ਨੇ ਕਿ ਬੀਜੇਪੀ ਚ ਜਾ ਸਕਦੇ ਨੇ ਹੁਣ ਬੀਜੇਪੀ ਵਾਲੇ ਭਾਵੇਂ ਖੱਟੜ ਆ ਭਾਵੇਂ ਸਮਰਤ ਪਾਤਰਾ ਉਹਦੇ ਖਿਲਾਫ ਇਹਨਾਂ ਜ਼ਹਿਰ ਆ ਜਿਹੜੀ ਫਲਾ ਰਹ ਇਸ ਤੋਂ ਲੱਗਦਾ ਕਿ ਬੀਜੇਪੀ ਸਿੱਧੂ ਨੂੰ ਨਹੀਂ ਲਏਗੀ ਸਿੱਧੂ ਨੇ ਸਪਸ਼ਟ ਵੀ ਕਰ ਦਿੱਤਾ ਉੱਥੇ ਜੋ ਨਾ ਸਪਸ਼ਟ ਕਰਦਾ ਉਹਨੇ ਕਹਿ ਦਿੱਤਾ ਕਿ ਕਾਂਗਰਸ ਦਾ ਮੈਂ ਸਿਪਾਈ ਹਾਂ ਮੇਰੇ ਜਿਹੜੇ ਨੇ ਚੀਫ ਹੈ ਸੋਨੀ ਗਾਂਧੀ ਹੈ ਉਹਨੇ ਸਪਸ਼ਟ ਕਰ ਦਿੱਤਾ ਜੋ ਨਾ ਕਰਦਾ ਤਾਂ ਬੀਜੇਪੀ ਨੇ ਨਹੀਂ ਸੀ ਬੋਲਣਾ ਉਹਨਾਂ ਨੂੰ ਲੱਗਣਾ ਸੀ ਕਿ ਯਾਰੇ ਸਾਡੇ ਵੱਲ ਆ ਸਕਦਾ ਪਰ ਉਹਨੇ ਕਾਂਗਰਸ ਦਾ ਨਾਮ ਲੈਤਾ ਇਹ ਉਹਨਾਂ ਨੂੰ ਹਾਜ਼ਮ ਨਹੀਂ ਹੋਇਆ ਤੇ ਗੁਰਦੇਵਾਲ ਸਿੰਘ ਕਹਿੰਦੇ ਮੀਡੀਆ ਡਸ ਨਾਟ ਬਾਕਟ ਵੈਸਟਰਨ ਗਾਰਵੇਜ 12 13 ਸਾਲ ਦੀਆਂ ਕੁੜੀਆਂ ਸਿੰਗਲ ਮਦਰ ਬਣ ਰਹੀਆਂ ਨੇ ਸਟ੍ਰੈਸ ਅਬਿਊਜ਼ਿੰਗ ਡਰਗ ਬਿਲਕੁਲ ਜੀ ਬੋਲਦੇ ਆ ਅਸੀਂ ਭਾਈ ਜਾਨ ਸਾਰੇ মিডিਆ ਦੀ ਤਾਂ ਅਸੀਂ ਵੀ ਗਰੰਟੀ ਨਹੀਂ ਲੈਂਦੇ ਪਰ ਅਸੀਂ ਬੋਲਦੇ ਆ ਆਪਣੀ ਗਰੰਟੀ ਮੈ ਲੈਣਾ ਸੌਹ ਖਾਈਏ ਜੀ ਦੀ ਪੁੱਤ ਦੀ ਨਤੀ ਦੀ ਮੈਂ ਆਪਣੇ ਆਪ ਦਾ ਜ਼ਿੰਮੇਵਾਰਾ ਆਪਣੇ ਬੱਚਿਆਂ ਦਾ ਵੀ ਜ਼ਿੰਮੇਵਾਰ ਨਹੀਂ ਹੈ ਖੈਰ ਦੂਸਰਾ ਨਵਜੋਤ ਸਿੰਘ ਸਿੱਧੂ ਨੇ ਕਹਿੰਦੇ ਇਕਬਾਲ ਸਿੰਘ ਸੋਹਲ ਕਹਿੰਦੇ ਸੱਚੇ ਦਿਲੋਂ ਇਮਰਾਨ ਸਿੱਧੂ ਤੇ ਇਮਰਾਨ ਨੇ ਸੱਚੇ ਦਿਲੋਂ ਯਤਨ ਕੀਤੇ ਲਾਂਗੇ ਦਾ ਕੰਮ ਨਹੀਂ ਪਰ ਚੜਿਆ ਜੇ ਇਮਰਾਨ ਖਾਨ ਲਾਂਗੇ ਦੀ ਹਾਂ ਕਰਦਾ ਤਾਂ ਹੀ ਮੋਦੀ ਜਾਂ ਹੋਰ ਸਰਕਾਰ ਕੀ ਕਰ ਸਕਦੀ ਸੀ ਅਸਲ ਦੇ ਵਿੱਚ ਹੀਰੋ ਨਵਜੋਤ ਸਿੰਘ ਸਿੱਧੂ ਤੇ ইমরান ਖਾਨ ਹੈ ਇਹਨਾਂ ਨੂੰ ਸੇਰਾ ਜਾਂਦਾ ਹੈ ਤੇ ਹਰਦੀਪ ਸਿੰਘ ਸੋਢੀ ਜੁੜੇ ਨੇ ਜੀ ਇਸ ਦੇ ਨਾਲ ਨਾਲ ਕਹਿੰਦੇ ਕਾਲ ਮਿਲੀ ਗੱਲ ਨਹੀਂ ਹੋ ਸਕੀ ਤੁਹਾਡੀ ਗੱਲ ਹੋ ਗਈ ਜੀ ਪ੍ਰਦੀਪ ਸਿੰਘ ਜੱਜ ਕਹਿੰਦੇ ਪ੍ਰਕਾਸ਼ਪੁਰਬ ਦੀਆਂ ਵਧਾਈਆਂ ਹਿੰਦੂਵਾਦੀ ਤਾਕਤਾਂ ਜੋ ਮਰਜ਼ੀ ਕਰ ਲੈਣ ਪਰ ਸਾਰਾ ਸੰਸਾਰ ਜਾਣਦਾ ਸਿ ਕੋਮਕੀ ਹੈ ਤੇ ਕੀ ਕਰਦੀ ਹੈ ਗੁਰਪ੍ਰੀਤ ਬੰਟੂ ਸਾਹਿਬ ਜਗੀਰ ਸਿੰਘ ਖੈਰਾ ਭਾਈ ਜੀ ਜੁੜੇ ਨੇ ਜਗਨਾਰ ਸਿੰਘ ਖਹਿਰਾ ਸੌਰੀ ਮੁਬਾਰਕਾਂ ਕਹਿੰਦੇ ਨੇ ਬਲਜੀਤ ਸਿੰਘ ਬਾਜਵਾ ਬਲਵਿੰਦਰ ਸਿੰਘ ਮੰਡੇਰ ਤੇ ਕਾਲੀਯਾ ਸੰਜੀਪ ਕਹਿੰਦੇ ਸਿੱਧੂ ਪੋएट ਇਜ਼ ਗੁੱਡ ਮੈਨ ਬਟ ਬੈਡ ਪੋਲਿਟੀਕਲ ਚੰਗਾ ਸਿਆਸਤਦਾਨ ਕਹਿੰਦੇ ਮੇਰਾ ਗੈਸ ਹੈ ਕਿ ਉਸ ਦਾ ਪੋਲਿਟੀਕਲ ਕੈਰੀਅਰ ਫਿਨਿਸ਼ ਹੋ ਗਿਆ ਦੀ బిਗੇਸਟ ਕੌਜ਼ ਆਫ ਹਿਸ ਡਿਸਟਰੈਕਸ਼ਨ ਐਜ਼ ਐਨ ਆਰ ਆਈ ਆਫ ਵਰਡ ਇਹ ਕਹਿੰਦੇ ਆ ਨਾ ਕਿ ਐਨ ਆਰ ਆਈ ਜੀ ਦੀ ਸਪੋਰਟ ਕਰਦਾਂ ਉਹ ਬੰਦੇ ਦਾ ਕੈਰੀਅਰ ਖਤਮ ਹੋ ਜਾਂਦਾ ਖਰ ਕਿਉਂਕਿ ਫਰਾਖ ਦੇ ਲਈ ਉਹ ਬੇਬਾਕੀ ਨਾਲ ਬੋਲਦੇ ਨੇ ਮੀਸਲਾਪਨ ਛੱਡ ਦਿੰਦੇ ਨੇ ਇਸੇ ਕਰਕੇ ਭਾਈ ਬੰਦੇ ਉਹ ਫੇਲ ਹੋ ਜਾਂਦੇ ਨੇ ਖੈਰ ਐਨਆਰਆ ਆਪਣੀਆਂ ਵੋਟਾਂ ਬਣਾਉਣ ਮੈਂ ਦਾਅਵੇ ਨਾਲ ਕਹਿੰਦਾ ਕਿ ਐਨਆਰਆ ਅਗਰ ਵੋਟ ਆਪਣੀ ਬਣਾ ਲੈਣਾ ਮੇਰੀ ਇੱਕ ਮੰਨ ਲੈਣ ਤੇ ਆ ਸਿਆਸਤਾਂ ਅਨਸਾਰੇ ਸਿੱਧੇ ਹੋ ਜਾਣਗੇ ਪਰ ਵੀਰ ਮੇਰੇ ਤੁਸੀਂ ਵੀ ਮੇਰੀ ਨਹੀਂ ਮੰਨਦੇ ਮੈਨੂੰ ਬਹੁਤ ਦੁੱਖ ਹੈ ਜਦੋਂ ਤੁਸੀਂ ਵੋਟਾਂ ਨਹੀਂ ਬਣਾਉਂਦੇ ਆਪਣੀਆਂ ਆ ਤੁਹਾਡਾ ਸਵਾਗਤ ਹੈ ਜੀ ਆਖਰੀ ਕਾਲ ਹਾਂ ਜੀ ਮਨਹਰਟ ਵੰਨਾ ਸਾਹਿਬ ਪਿਆਰਪਰੀ ਸਸਤੀ ਕਾਲ ਸਸਿਕਾ ਬਲਵੀਰ ਸਵਾਗਤ ਬਹੁਤ ਬਹੁਤ ਮਾਰਕ ਬਹੁਤ ਦਿਨਾਂ ਬਾਅਦ ਜਿਹੜਾ ਵੀਰ ਕਹਿ ਕੇ ਗਿਆ ਨਾ ਐਨ ਆਰ ਆਈ ਜਿਹੜੀ ਸਪੋਰਟ ਕਰਨ ਤੇ ਉਹ ਰਾਜਨੀਤੀ ਤੋਂ ਪਰਾਂ ਆਈਦਾ ਜੀ ਸਭ ਤੋਂ ਜ਼ਿਆਦੀ ਜਿਹੜੀ ਮੋਦੀ ਦੀ ਅਮੈਦ ਕੀਤੀ ਇੱਥੇ ਹਿੰਦੂ ਕਮਿਊਨਿਟੀ ਦੀ ਵੋਟ ਬਹੁਤ ਆ ਹੂੰ ਉਹ ਤੇ ਫੇਲ ਹੋਇਆ ਨਹੀਂ ਹਾਂ ਉਹ ਨਹੀਂ ਫੇਲ ਹੋਇਆ ਸਹੀ ਗੱਲ ਹੈ ਤੇ ਰਹਿ ਗਈ ਗੱਲ ਜੀ ਫੋਟੋ ਕਲਚਰ ਦੀ ਮੈਂ ਸ੍ਰੀ ਅੰਮ੍ਰਿਤਸਰ ਆ ਗਿਆ 2022 ਸਾਲ ਉੱਥੇ ਰਿਹਾ ਮੇਰੀ ਮਾਦਾ ਜੀ ਨੇ ਜਦੋਂ ਪਿੰਡੋਂ ਆਉਣਾ ਨੇ ਆਖਣਾ ਤੇ ਤੋਂ ਦੇ ਕਿਸੇ ਬਾਬਾਈ ਦੀ ਫੋਟੋ ਵੀ ਨਹੀਂ ਘਰ ਚ ਲਾਈ ਵੀ ਜਿਹੜਾ ਸਵੇਰੇ ਉੱਠ ਕੇ ਮੱਥੇ ਲੱਗ ਜੀ ਹਾਂ ਦੱਸੋ ਤੇ ਮੈਂ ਆਪਣੀ ਆਪਣਾ ਨਾ ਅੱਕ ਜੱਪਣਾ ਪਿਆ ਫੇਰ ਉਹ ਖਰੀਦੀਆਂ ਫੋਟੋ ਤੇ ਮਜ਼ਾ ਹੀ ਨੇ ਜਦੋਂ ਉਹਣਾ ਮੈਂ ਨਾ ਥੱਲੇ ਦੇ ਮੀਟ ਸ਼ਰਾਬਾ ਚੱਲਦੇ ਕੇ ਯਾਰ ਉਸੇ ਕਮਰੇ 'ਚ ਤੇ ਫੋਟੋ ਹਣ ਦੱਸ ਇਹਦਾ ਕੀ ਕਰੀਏ ਜੀ ਤੇ ਸਹੀ ਗੱਲੇ ਆ ਜੀ ਵੀਸਾਲ ਰੱਟਾ ਪਿਆਰ ਹੈ ਮੇਰੇ ਫਾਦਰ ਸਾਹਿਬ ਨਾਲ ਉਹ ਤਰਨ ਤਰਨ ਜਾਂਦੇ ਹੁੰਦੇ ਸੀ ਚੌਥੇ ਦੀ ਮੱਸੀਆ ਹਮ ਹਮ ਉੱਥੇ ਉਹ ਗਰਮ ਗਰਮ ਤੁਹਾਨੂੰ ਪਤਾ ਵਾਰਾ ਸੁਣਾਉਂਦੇ ਢਾਡੀ ਹਮ ਹਮ ਤੇ ਬਾਬਾ ਜਗਿੰਦਰ ਸਿੰਘ ਤੇ ਰੋਡੇ ਉਹਦਾ ਭਰਾ ਜਸਵੀਰ ਸਿੰਘ ਉੱਥੇ ਆਣ ਕੇ ਕਹਿੰਦੇ ਰਹੇ ਵੀ ਸੰਤ ਪਿੰਡ ਵਾਲੇ ਹੈਗੇ ਆ ਤੇ ਉਹਨਾਂ ਆਣ ਕੇ ਆਖਣਾ ਹੈਗੇ ਆ ਤੇ ਮੈਂ ਆਖਣਾ ਨਹੀਂ ਉਹ ਜੀਤ ਹੋ ਗਏ ਆ ਹਮ ਹਮ ਤੇ ਇਹੋ ਰੱਟਾ ਪਿਆਰ ਹੈ ਦੱਸੋ ਜਦੋਂ ਸਾਡੇ ਸਿਰ ਜਹੇਦਾਰ ਬਣ ਕੇ ਕੌਮ ਦੇ ਏਡੇ ਵੱਡੇ ਆਗੂ ਬਣ ਕੇ ਜਿੰਨਾ ਸੇਹ ਦੇਣੀ ਆ ਹੂੰ ਹੂੰ ਉਹ ਹੀ ਜੂੜ ਮਰੀ ਜਾਂਦੇ ਤੇ ਅਸੀਂ ਤੁਸੀਂ ਕੀ ਕਰਾਂਗੇ ਅਸੀਂ ਤੇ ਰੋਲਾ ਹੀ ਪਾਦੇ ਚਲੋ ਆਪਣੇ ਘਰਾਂ ਦੇ ਪ੍ਰਬੰਧ ਰੱਖੀਏ ਜਿੰਨੀ ਜਦੋਂ ਜੈਤ ਹੁੰਦੀ ਆ ਬਿਲਕੁਲ ਬਿਲਕੁਲ ਥੈਂਕ ਯੂ ਧੰਨਵਾਦ ਤੁਹਾਡਾ ਜਿਹੜਾ ਧੰਨਵਾਦ ਬਲ ਸਾਹਿਬ ਮਿਹਰਬਾਨੀ ਜੀ ਇਹ ਤਾਂ ਵਧੀਆ ਬੋਲ ਜਾਂਦੇ ਜੇ ਬਤੇਰੇ ਦੁਸ਼ਮਣ ਪੈਦਾ ਕਰ ਜਾਂਦੇ ਰੋਜ਼ ਦੇ ਰੋਜ਼ ਧੰਨਵਾਦ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਇਹ ਬਾਬੇ ਦੀ ਮਿਹਰ ਹੈ ਜੀ ਕਰ ਅਰਕੇਸ਼ ਰੋਸ਼ਨ ਉਹਰਾਣੇ ਬਹੁਤ ਸੋਹਣੀ ਗੱਲ ਲਿਖੀ ਹੈ ਕਹਿੰਦੇ ਰਾਮ ਮੰਦਰ ਦਾ ਫੈਸਲਾ ਤਾਂ ਹੀ 9 11 19 ਨੂੰ ਰੱਖਿਆ ਗਿਆ ਤਾਂ ਜੋ ਮੁਸਲਮਾਨਾਂ ਦੇ ਖਿਲਾਫ ਫੈਸਲੇ ਦਾ ਪਾਕਿਸਤਾਨ ਵਿਰੋਧ ਕਰੇਗਾ ਤਾਂ ਸਾਨੂੰ ਲਾਂਗਾ ਬੰਦ ਕਰਨ ਦਾ ਬਹਾਨਾ ਮਿਲੇਗਾ ਗੱਲ ਇਸ ਦਾ ਮੈਂ ਅਰਕੇਸ਼ ਰੋਸ਼ਨ ਜੀ ਤੁਹਾਡੇ ਕੁਲਵਿੰਦਰ ਸੰਧਰ ਭੈਣਾਂ ਨੇ ਬਲਜੀਤ ਕੌਰ ਗੁਰਪਰਵ ਦੀਆਂ ਵਧਾਈਆਂ ਭੇਜਦੇ ਨੇ ਧੰਨਵਾਦ ਭੈਣਾਂ ਚਰਨਵੀਰ ਰੰਧਾਵਾ ਕਹਿੰਦੇ ਮੇਰੇ ਘਰ ਕੋਈ ਤਸਵੀਰ ਨਹੀਂ ਹੈ ਚੰਗੀ ਗੱਲ ਹੈ ਜਸਪਾਲ ਸਿੰਘ ਸਿੱਧੂ ਜਗਿੰਦਰ ਸਿੰਘ ਮੱਖਣ ਸਿੰਘ ਮਨਸ਼ਾਹੀ ਜਗੀਰ ਸਿੰਘ ਭੈਣਾਂ ਨੇ ਬਲਜਿੰਦਰ ਅ ਜਗਨਾਰ ਸਿੰਘ ਕਹਿੰਦਾ ਸਦੂ ਦੀ ਕੋਈ ਰੇਸ ਨਹੀਂ ਕਰ ਸਕਦਾ ਮਨਪ੍ਰੀਤ ਸਿੰਘ ਕਹਿੰਦੇ ਅੱਜ ਵਿਨੀ ਪੈਗ ਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਗੁਰਪਰਵ ਨੂੰ ਸਮਰਪਿਤ ਦੀਵਾਨ ਹੈ ਤੇ ਕੁਝ ਲੋਕ ਸੱਚ ਸੁਣਨ ਨੂੰ ਤਿਆਰ ਨਹੀਂ ਤੇ ਅਖੀਰ ਦੀਵਾਨ ਕੈਨਸਲ ਕਰਨਾ ਪਿਆ ਮੜੀ ਗੱਲ ਹੈ ਜੀ ਖੈਰ ਹਰ ਇੱਕ ਨੂੰ ਬੋਲਣ ਦੀ ਆਜ਼ਾਦੀ ਹੋਣੀ ਚਾਹੀਦੀ ਪਰ ਕਰਤਾਰਪੁਰ ਕਾਰੀਡੋਰ ਦੇ ਉਹ ਵੀ ਹੱਕ ਚ ਨਹੀਂ ਆ ਰਣਜੀਤ ਸਿੰਘ ਢੱਡਰੀਆਂ ਵਾਲੇ ਐ ਨਿਰਮਲ ਸਿੰਘ ਐਂਡ ਬਲਜੀਤ ਬਲ ਅਮਰਿੰਦਰਪਾਲ ਸਿੰਘ ਕਲਕੱਤੇ ਉਹ ਲਖਵੀਰ ਸਿੰਘ ਨਰਪਾਲ ਰਸ਼ਪਾਲ ਸਿੰਘ ਚੰਗੇੜਾ ਗੁਰਦਿਆਲ ਸਿੰਘ ਐਂਡ ਬਲਜੀਤ ਬਲ ਪਰਨੀਤ ਵਿਰਕ ਜੀ ਕਸ਼ਮੀਰਾ ਸਿੰਘ ਤੇ ਆਪਣਾ ਤੇਜਿੰਦਰ ਸਿੰਘ ਸਿਕੰਦਰ ਸਿੰਘ ਔਜਲਾ ਵਧਾਈਆਂ ਭੇਜਦੇ ਨੇ ਤੇ ਨਿੰਮਾ ਸੋਲ ਬਾਈ ਜੀ ਅਮਰਿੰਦਰ ਧਾਲੀਵਾਲ ਤੇ ਇੰਦਰਜੀਤ ਸਿੰਘ ਉਮਰਪਰੀ ਵੀ ਵਧਾਈਆਂ ਭੇਜਦੇ ਨੇ ਸਭ ਦਾ ਧੰਨਵਾਦ ਸੋ ਆਪ ਜੀ ਨੂੰ ਹੋਰ ਵਧਾਈਆਂ ਗੁਰਪਰਬ ਦੇ ਨਾਲ ਨਾਲ ਕੇਸ ਸਾਥ ਤੇ ਜਿਹੜੇ ਸਰੋਤਿਆਂ ਦੇ ਕਾਲ ਨੇ ਬਲਦੀ ਸ਼ਾਦ ਉਹਨਾਂ ਨੂੰ ਵੀ ਮੌਕਾ ਮਿਲੇਗਾ ਆ ਲੋਕਾਂ ਦੀ ਆਵਾਜ਼ ਕਿਉਂਕਿ ਗੁਰੂ ਨਾਨਕ ਸਾਹਿਬ ਦਾ ਸਭ ਤੋਂ ਵੱਡਾ ਸੰਦੇਸ਼ ਹੈ ਕਿ ਜਦਬਲਕ ਦੁਨੀਆ ਰਹੀਏ ਨਾਨਕ ਕੁਝ ਸੁਣੀਏ ਕੁਝ ਕਹੀਏ ਸਵਾਦ ਅਸੀਂ ਰਚਾਈਏ ਗੱਲਬਾਤ ਦੇ ਨਾਲ ਮਸਲੇ ਹੱਲ ਕਰੀਏ ਲੋਕਾਂ ਦੀ ਆਵਾਜ਼ ਸਿਆਸਤਦਾਨਾਂ ਦੇ ਕੰਨਾਂ ਤੱਕ ਪਹੁੰਚੇ ਇੱਕ ਵੇਹ ਬਣੇ ਇਸ ਗਲਤ ਟ੍ਰੈਂਡ ਦੇ ਖਿਲਾਫ ਸੋ ਇਸ ਬਾਰੇ ਅਸੀਂ ਇੱਕ ਨਵਾਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ ਰੋਜ਼ਾਨਾ ਇੱਕ ਘੰਟਾ ਭਾਰਤੀ ਸਮਾਂ ਰਾਤੀ 8 ਵਜੇ ਤੋਂ ਲੈ ਕੇ 9 ਵਜੇ ਤੱਕ ਓਪਨ ਕਾਲਸ ਹੋਣਗੀਆਂ ਆਪ ਦਾ ਸਵਾਗਤ ਇਸ ਪ੍ਰੋਗਰਾਮ 'ਚ ਰਹੇਗਾ ਇਸ ਹਫ਼ਤੇ ਪ੍ਰੋਗਰਾਮ ਆਪਾਂ ਸ਼ੁਰੂ ਕਰ ਦੇਣਾ ਸੋ ਇਸ ਦੇ ਨਾਲ ਹੀ ਵਰ ਪਰਵ ਦੀਆਂ ਬਹੁਤ-ਬਹੁਤ ਵਧਾਈਆਂ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੇ ਮਤਾਬਕ ਦੋ ਕਦਮ ਜ਼ਰੂਰ ਚੱਲਿਏ ਜੇ ਜ਼ਿਆਦਾ ਨਹੀਂ ਸੋ ਇਸ ਦੇ ਨਾਲ ਹੀ ਮੈਂ ਪਰਮਿੰਦਰ ਸਿੰਘ ਟਿਵਾਣਾ ਆਪ ਸਭ ਸੱਜਣਾ ਤੋਂ ਆਗਾ ਚਾਹਾਂਗਾ ਧੰਨਵਾਦ ਸਤਿ ਸ੍ਰੀ ਅਕਾਲ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ